ਸ੍ਰਿਸ਼ਟੀ ਦੀ ਉਤਪਤੀ ਵੀ ਕਰ ਲੈਂਦੇ ਹਨ ਔਰ ਈਰਸ਼ਾ ਦੀ ਅੰਸ਼ ਉਹਨਾਂ ਦੇ ਅੰਦਰ ਵੀ ਦੇਖੀ ਜਾਂਦੀ ਹੈ। ਮਨੁੱਖ ਦੇ ਅੰਦਰ ਵੀ ਇਹੋ ਜਿਹੇ ਸਾਰੇ ਗੁਣ ਘਟਤ ਹੁੰਦੇ ਹਨ। ਮਨੁੱਖ ਖਾਂਦਾ ਪੀਂਦਾ ਵੀ ਹੈ, ਆਰਾਮ ਵੀ ਕਰਦਾ ਹੈ ਔਰ ਸੰਤਾਨ ਨੂੰ ਜਨਮ ਵੀ ਦਿੰਦਾ ਹੈ ਔਰ ਸੰਸਾਰ ਦੇ ਅੰਦਰ ਜਿਹੋ ਜਿਹੇ ਕਰਮ ਪਸ਼ੂਆਂ ਵਾਲੇ ਹਨ, ਭੈ ਮੰਨਣਾ ਔਰ ਡਰ ਦਿਖਾਉਣਾ, ਵੱਡੇ ਤੋਂ ਭੈ ਛੋਟੇ ਨੂੰ ਡਰ, ਇਹੋ ਜਿਹੇ ਮਨੁੱਖਾ ਤਨ ਦੇ ਵੀ ਸੁਭਾਅ ਹਨ। ਪਰ ਮਨੁੱਖਾ ਜਨਮ ਦੀ ਇੱਕੋ ਹੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਵਾਹਿਗੁਰੂ ਨੇ ਸ਼ੁਭ ਅਤੇ ਨੇਕ ਕਰਮ ਕਰਨ ਦੀ ਸੋਝੀ ਦਿੱਤੀ ਹੈ, ਚੰਗੇ ਮਾੜੇ ਦਾ ਗਿਆਨ ਦਿੱਤਾ ਹੈ ਕਿ ਚੰਗਿਆਈ ਹੈ ਕਿਆ ਬੁਰਿਆਈ ਹੈ, ਚੰਗੇ ਗੁਣਾਂ ਦਾ ਲਾਭ ਪੁੰਨ ਔਰ ਫਲ ਕੀ ਆ, ਉਹਨਾਂ ਦਾ ਪਾਪ ਅਤੇ ਦੁੱਖ ਕੀ ਹੈ, ਇਸ ਗੱਲ ਦੀ ਵਾਹਿਗੁਰੂ ਨੇ ਵਿਸ਼ੇਸ਼ ਤੌਰ 'ਤੇ ਮਨੁੱਖਾ ਤਨ ਵਿੱਚ ਜੀਵ ਨੂੰ ਸੋਝੀ ਦੇਣਾ ਕੀਤੀ ਹੈ। ਧਾਰਮਿਕ ਸ਼ਾਸਤਰਾਂ ਦਾ ਫੁਰਮਾਨ ਹੈ, ਨਰ ਨੂੰ ਗਿਆਨ ਨਿਰਧਕਤਾ ਗਿਆਨ ਬਿਨਾ ਪਸ ਜਾਣ। ਇਹ ਮਨੁੱਖ ਤੇਰੇ ਵਿੱਚ ਜਿਹੜਾ ਗਿਆਨ ਦਾ ਖਜ਼ਾਨਾ ਵਾਹਿਗੁਰੂ ਨੇ ਤੇਰੇ ਅੰਦਰ ਪੈਦਾ ਕੀਤਾ ਹੈ, ਭੁੱਲੇ ਭਲੇ ਬੁਰੇ ਦੀ ਸੋਝੀ ਤੈਨੂੰ ਦਿੱਤੀ ਹੈ, ਗੁਣ ਅਤੇ ਔਗੁਣਾਂ ਦੀ ਤੈਨੂੰ ਪਰਖ ਕਰਨ ਦੀ ਵਾਹਿਗੁਰੂ ਨੇ ਬੁੱਧੀ ਦਾ ਦਾਨ ਤੈਨੂੰ ਦਿੱਤਾ ਹੈ, ਇਹੀ ਤੇਰੀ ਵੱਡੀ ਵਿਸ਼ੇਸ਼ਤਾ ਹੈ। ਇਸ ਲਈ ਇਸ ਮਨੁੱਖਾ ਤਨ ਨੂੰ ਲੈ ਕੇ ਕਰਨਾ ਕੀ ਹੈ, ਸਤ ਸੰਗਤ ਕਰਨੀ, ਸਤਸੰਗਤ ਦੇ ਵਿਚਾਰ ਕਰਕੇ ਗੁਰੂ ਕਾ ਉਪਦੇਸ਼ ਕੰਨਾਂ ਨਾਲ ਇਕਾਗਰਤਾ ਦੇ ਨਾਲ ਸੁਣਨਾ, ਫਿਰ ਉਸ ਉਪਦੇਸ਼ ਨੂੰ ਸੁਣ ਕੇ ਮੰਨਣਾ ਔਰ ਜੀਵਨ ਵਿੱਚ ਕਮਾਉਣਾ। ਕਮਾਉਂਦਿਆਂ ਕਮਾਉਂਦਿਆਂ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਏ, ਵਾਹਿਗੁਰੂ ਪਰਮੇਸ਼ਰ ਦੀ ਨੇੜਤਾ ਨਿਕਟਤਾ ਪ੍ਰਾਪਤ ਹੋ ਜਾਏ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਅਭੇਦਤਾ ਮਿਲ ਜਾਏ, ਫਿਰ ਇਹ ਮਨੁੱਖਾ ਤਨ ਸਫਲ ਹੋ ਜਾਇਆ ਕਰਦਾ ਹੈ। ਸਤਸੰਗ ਜੀ, ਜਿਨ੍ਹਾਂ ਨੇ ਆਪਣਾ ਸੰਪੂਰਨ ਮਨੁੱਖਾ ਜੀਵਨ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨਾਂ ਦੇ ਵਿੱਚ ਲਾ ਦਿੱਤਾ ਹੈ, ਸੇਵਾ ਸਿਮਰਨ ਭਗਤੀ ਬੰਦਗੀ ਤਪੱਸਿਆ ਸ਼ੁਭ ਗੁਣਾਂ ਨੂੰ ਕਮਾਉਣ ਵਿੱਚ, ਉਹ ਤਾਂ ਧੰਤਾ ਦੇ ਯੋਗ ਬਣ ਜਾਂਦੇ ਹਨ। ਪਰ ਜੇਕਰ ਮਨੁੱਖ ਆਪਣੇ ਜੀਵਨ ਵਿੱਚ ਸਾਰੇ ਸਵਾਸ ਸਾਰਾ ਜ਼ਿੰਦਗੀ ਦਾ ਸਮਾਂ ਜਾਂ 24 ਘੰਟੇ ਦਾ ਸਮਾਂ ਵਾਹਿਗੁਰੂ ਦੀ ਭਗਤੀ ਵਿੱਚ ਬੰਦਗੀ ਵਿੱਚ ਸਿਮਰਨ ਵਿੱਚ ਵਾਹਿਗੁਰੂ ਦੀ ਸਲਾਹ ਵਿੱਚ ਨਹੀਂ ਜੁੜ ਸਕਦਾ, ਆਪਣਾ ਇੰਨਾ ਸਮਾਂ ਨਹੀਂ ਦੇ ਸਕਦਾ, ਤਾਂ ਘੱਟ ਤੋਂ ਘੱਟ ਜੀਵਨ ਦੇ ਅੰਦਰ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ 24 ਘੰਟਿਆਂ ਦੇ ਅੰਦਰ ਐਸੇ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਔਰ ਬਾਣੀ ਦੀ ਨਾਮ ਦੀ ਸਿਮਰਨ ਦੀ ਸਾਧਨਾ ਲਈ 24 ਘੰਟਿਆਂ ਵਿੱਚੋਂ ਕੁਝ ਨਾ ਕੁਝ ਵਕਤ ਦੇਣਾ, ਸਮਾਂ ਦੇਣਾ ਔਰ ਮਨ ਦੇ ਵਿੱਚ ਇਹ ਭਾਵਨਾ ਔਰ ਇੱਛਾ ਰੱਖਣੀ ਕਿ ਇਸ ਸੰਸਾਰ 'ਤੇ ਮਨੁੱਖਾ ਤਨ ਲੈ ਕੇ ਆਏ ਹਾਂ, ਸਤਿਗੁਰੂ ਜੀ ਦਾ ਹੁਕਮ ਹੈ, ਈਹਾਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ, ਕਿ ਅਗਲੇ ਲੋਕ ਦੇ ਵਿੱਚ ਜਿਸ ਤਰ੍ਹਾਂ ਸੁਖੀ ਰਹਿ ਸਕੀਏ, ਜਿਵੇਂ ਮਾਤ ਲੋਕ ਦੇ ਰਹਿਣ ਵਾਸਤੇ ਮਕਾਨ ਦੀ ਲੋੜ ਹੈ, ਖਾਣ ਵਾਸਤੇ ਅੰਨ ਦੀ ਲੋੜ ਹੈ, ਪਹਿਨਣ ਵਾਸਤੇ ਵਸਤਰਾਂ ਦੀ ਲੋੜ ਹੈ, ਖਰਚਣ ਵਾਸਤੇ ਮਾਇਆ ਪਦਾਰਥਾਂ ਦੀ ਲੋੜ ਹੈ, ਇਸੇ ਤਰ੍ਹਾਂ ਅਗਲਾ ਲੋਕ ਸੱਚਖੰਡ ਹੈ, ਪ੍ਰਲੋਕ ਹੈ, ਉਸ ਅਗਲੇ ਲੋਕ ਲਈ ਵੀ ਉੱਥੇ ਰਹਿਣ ਵਾਸਤੇ ਵੀ ਕੋਈ ਸਾਧਨ ਜੁਟਾਉਣ ਦੀ ਬੜੀ ਜ਼ਰੂਰਤ ਹੈ। ਅਗਲੇ ਲੋਕ ਦੇ ਵਿੱਚ ਕਿਹੜੀਆਂ ਵਸਤੂਆਂ ਕੰਮ ਆ ਸਕਦੀਆਂ ਹਨ, ਉਹਨਾਂ ਨੂੰ ਜੀਵਨ ਦੇ ਵਿੱਚ ਕਮਾਉਣ ਦੀ ਵੀ ਬੜੀ ਵੱਡੀ ਜ਼ਰੂਰਤ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜਾ ਸੁੰਦਰ ਨਿਰਣਾ ਕੀਤਾ ਹੈ
ਜਿਹ ਮਾਤ ਪਿਤਾ ਸੁਖਮੀਤ ਨਾ ਪਾਈ, ਮਾਨੁਹਾ ਨਾਮ ਤੇਰਾ ਸੰਗ ਸਹਾਈ। ਐ ਮਨੁੱਖ ਜਿੱਥੇ ਮਾਤਾ ਪਿਤਾ ਨੇ ਤੇਰੀ ਸਹਾਇਤਾ ਨਹੀਂ ਕਰਨੀ, ਉੱਥੇ ਨਾਮ ਤੇਰੀ ਸਹਾਇਤਾ ਕਰੇਗਾ ਪ੍ਰਲੋਕ ਦੇ ਮਾਰਗ ਵਿੱਚ। ਜੇ ਮਾਂ ਭਿਆਨ ਤਪ ਤੋਂ ਕਹਾਣ, ਤਪਸ਼ ਇੱਥੇ ਵੀ ਪੈਂਦੀ ਹੈ ਪਰ ਉੱਥੇ ਇਤਨੀ ਤਪਸ਼ ਪੈਂਦੀ ਹੈ ਪ੍ਰਲੋਕ ਦੇ ਮਾਰਗ ਵਿੱਚ ਕਿ ਉਸ ਦਾ ਅੰਦਾਜ਼ਾ ਨਹੀਂ ਲਾ ਕੇ ਦੱਸਿਆ ਜਾ ਸਕਦਾ ਕਿ ਕਿੰਨੀ ਕੁ ਭਾਰੀ ਤਪਸ਼ ਅਤੇ ਗਰਮਾਇਸ਼ ਉਸ ਦੇ ਵਿੱਚ ਹੈ। ਉੱਥੇ ਫਿਰ ਭਾਈ ਨਾਮ ਹੀ ਮਨੁੱਖ ਨੂੰ ਠੰਡ, ਨਾਮ ਹੀ ਮਨੁੱਖ ਦੇ ਉੱਤੇ ਛਾਂ ਕਰਦਾ ਹੈ। ਜੇ ਮਾਂ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮੋ ਪਰਛਾਂ। ਜਪਿਆ ਹੈ ਨਾਮ, ਕੀਤੀ ਹੋਈ ਸੇਵਾ, ਕੀਤਾ ਹੋਇਆ ਦਾਨ ਪੁੰਨ, ਜੀਵਨ ਦੇ ਅੰਦਰ ਫਿਰ ਉਸ ਮਾਰਗ ਦੇ ਵਿੱਚ ਕੰਮ ਆਉਂਦਾ ਹੈ। ਇਸ ਲਈ ਸਤਸੰਗਤ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਧਰਮ ਦੇ ਮਾਰਗ ਉੱਤੇ ਚੱਲਣਾ, ਜਿਸ ਕਰਕੇ ਮਨੁੱਖਾ ਕੰਮ ਸਫਲ ਹੋ ਜਾਏ, ਇਹ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਸਿੱਖਿਆ ਬਖਸ਼ਿਸ਼ ਕੀਤੀ ਹੈ। ਆਓ ਮਨ ਵਿਅਕਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ, ਸੁਰਤ ਨੂੰ ਵਿਅਕਤੀਆਂ ਨੂੰ ਜੋੜੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ, ਸਤਿਗੁਰੂ ਗੁਰੂ ਅਰਜਨ ਦੇਵ ਜੀ ਆਪਣੇ ਮਹਿਲ, ਧੰਨ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਆਪਣੇ ਤੋਂ ਵੱਡੇ, ਪਿਰਚੀਏ ਤੋਂ ਛੋਟੇ ਭਰਾਤਾ ਮਿਹਰਵਾਨ ਜੀ ਦੇ ਪਾਸ ਆਏ ਹਨ। ਮਿਹਰਵਾਨ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿੱਚ ਲੈ ਕਰਕੇ ਬਹੁਤ ਪਿਆਰ ਕੀਤਾ, ਬੜਾ ਦੁਲਾਰ ਕੀਤਾ ਹੈ ਔਰ ਆਪਣੀ ਰਸਨਾ ਤੋਂ ਬੜੇ ਵਰਦਾਨ ਦੇਣਾ ਕੀਤੇ ਹਨ ਕਿ ਇਹ ਮਹਾਂਬਲੀ ਸ਼ੂਰਵੀਰ ਯੋਧੇ ਔਰ ਦੁਨੀਆਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਔਰ ਸੂਰਜ ਦੀ ਤਰ੍ਹਾਂ ਇਹਨਾਂ ਦਾ ਪ੍ਰਕਾਸ਼, ਇਹਨਾਂ ਦੀ ਮਹਿਮਾ, ਇਹਨਾਂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਫੈਲੇਗਾ ਔਰ ਇਹਨਾਂ ਦੇ ਦਰ ਤੋਂ ਜੋ ਵੀ ਆ ਕੇ ਇਹਨਾਂ ਦੇ ਦਰਸ਼ਨ ਕਰਕੇ ਦਾਤ ਮੰਗੇਗਾ ਉਹਨਾਂ ਨੂੰ ਉਹੀ ਫਲ ਪ੍ਰਾਪਤ ਹੋਣਗੇ। ਇਸ ਤਰ੍ਹਾਂ ਸਤਿਗੁਰੂ ਜੀ ਦੀ ਮਹਿਮਾ ਕਰ ਰਹੇ ਹਨ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਇਹ ਕਥਾ, ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆ ਰਹੇ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹ ਕਥਾ ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਸੁਣੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਮ ਕਹਿ ਮਹਾਂ ਪ੍ਰਮੋਦ ਕਰ। ਇਉਂ ਕਹਿ ਕੇ ਮਹਾਂਦੇਵ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਹੁਤਾ ਪਿਆਰ, ਬਹੁਤਾ ਪ੍ਰੇਮ ਜਿਤਾਇਆ ਹੈ, ਬਹੁਤਾ ਸਨੇਹ ਕੀਤਾ ਹੈ ਹਿਰਦੇ ਦੇ ਵਿੱਚੋਂ। ਮਹਾਂਦੇਵ ਧਾਰ ਪ੍ਰੀਤ, ਮਹਾਂਦੇਵ ਜੀ ਨੇ ਬਹੁਤ ਹੀ ਪ੍ਰੀਤੀ ਧਾਰ ਕੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਸਨੇਹ ਕੀਤਾ ਹੈ, ਗੋਦ ਵਿੱਚ ਲੈ ਕੇ ਬਿਠਾਇਆ ਹੈ। ਦਰਬਨ ਸ਼ਾਹਪੁਰ ਬਹੁ ਕੀਓ, ਫਿਰ ਇੱਥੇ ਬਸ ਨਹੀਂ, ਛੇਵੇਂ ਪਾਤਸ਼ਾਹ ਜੀ ਦੇ ਉੱਤੋਂ ਦੀ ਬਹੁਤ ਧਨ ਗਰੀਬਾਂ ਤੇ ਲੋੜਵੰਦਾਂ ਨੂੰ ਆਪਣੇ ਹੱਥਾਂ ਤੋਂ ਆਪ ਹੱਥੀ ਵੰਡਣਾ ਕੀਤਾ, ਭਾਵ ਗਰੀਬਾਂ ਦੇ ਉੱਤੇ, ਮੰਗਤਿਆਂ ਦੇ ਉੱਤੇ ਦੀ ਬਹੁਤ ਧਨ ਨਿਸ਼ਾਵਰ ਕੀਤਾ ਕਿ ਗੁਰੂ ਘਰ ਦੇ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ। ਇਸ ਲਈ ਆਪਣੇ ਹੱਥੀਂ ਆਪਣੇ ਘਰ ਵਿੱਚੋਂ ਧਨ ਲੈ ਕੇ ਛੇਵੇਂ ਪਾਤਸ਼ਾਹ ਜੀ ਦੇ ਨਿਮਿਤ ਬਹੁਤ ਦਾਨ ਦਿੱਤਾ ਹੈ। ਨਿਜ ਸੁਤ ਸਮ ਲੱਖ ਜੀਤ, ਔਰ ਇਸ ਤਰ੍ਹਾਂ ਦਾ ਚਾਅ, ਇਸ ਤਰ੍ਹਾਂ ਦੀ ਖੁਸ਼ੀ, ਇਸ ਤਰ੍ਹਾਂ ਦਾ ਆਨੰਦ ਮਨਾਇਆ ਜਿਵੇਂ ਇਹ ਛੇਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨਹੀਂ ਬਲਕਿ ਮੇਰੇ ਸਾਹਿਬਜ਼ਾਦੇ, ਮੇਰੇ ਸਪੁੱਤਰ ਹਨ। ਇੰਨਾ ਮਾਣ, ਇੰਨਾ ਸਨਮਾਨ, ਆਪਣੇ ਪੁੱਤਰ ਦੀ ਤਰ੍ਹਾਂ ਸਾਰੇ ਚਾਹ ਮਲਾਰ ਕੀਤੇ ਹੈ, ਖੁਸ਼ੀਆਂ ਮਨਾਈਆਂ, ਦਾਨ ਦਿੱਤਾ ਹੈ, ਕਿਤਨਾ ਪ੍ਰੇਮ ਗਿਣਾਇਆ ਹੈ ਸਾਧ ਸੰਗਤ ਜੀ,
महादेव जी ने कबित श्री गुरु उचारी पई करना तुम्हारी भारी। महाराज धन गुरु अर्जन देव जी महादेव जी का स्नेह वेख के कह लगे, हे महादेव प्राता जी, ये साहिब दादे का जो अवतार होया, इन्हों का गुरु घर विच आना होया, ये आप जी की बहुत वड्डी भारी कृपा हुई है। किन्नी निम्रता है सतगुरु जी के हिरदे विच, हुंदा तां जो होए नताना, हुंदा मान जो होए नमाना, अन हुंदे आप बंडाए को ऐसा भगत सदाए, करण कारण आप हन, पर निम्रता कितनी है कि भारी कृपा तुसी कीती है, तुसी असीस दिती है। ते सुखकारी सुत कांख तको दीने हो, कहंदे पुत्र दी बहुत इच्छा सी, इस इच्छा नूं पूरी करन वास्ते बहुत सुख देन वाला ए साहिब जादा तुहाडी कृपा नाल तुसी बख्शिश कीता है। आप है सहाई लीन दुख ते बचाई नित, और इस तरह धन गुरु अर्जन देव जी की कह रहे हैं कि हे महादेव जी, आप सहाई हो गए। श्री गुरु रामदास जी ने हाथ दे के हर तरह के दुखों तो हाथ दे के बचाया, और आप हाथ दे के साड़ी सहायता की है। विघन विनाश के प्रबल की नहीं ने ओ, और जेडे वड्डे वड्डे विघन सन, ओ सारे विघना नूं गुरु रामदास जी ने आप पिता सतगुरां ने नाश कर दिता, और तुसी कृपा करके शीस दिती है, और हाथ दे के महाराज ने इस साहिब दादे दी हर तरह करके रखिया कीती है। महादेव कहो पिता सतगुरु हमारे जोए, महादेव जी ने भी बड़ी निम्रता नाल कहन लगे, महाराज मेनू ता तुसी एवे मान वड्याई दे रहे हो, ये ता अपने सतगुरु पिता करण कारण सर्वकला समर्थ सर्वशक्तिमान सतगुरु सोड बंसते श्रोमणी सतगुरु तन सतगुरु श्री गुरु रामदास जी जो सतगुरु जी साडे हन, दिन की कृपा से ऐसो पद महालीने, उन्हां दी कृपा नाल महान पदवी गुरता गद्दी दा सिंघासन आप जी ने लैणा कीता, आप जी नूं मिलिया ते प्राप्त होया है। सोई है सहाय निज प्यारे को बचाए ले, तो गुरु रामदास जी आप सहाई हो के सहायता कर रहे है अपने प्यारे नूं, जेड़ा सतगुरां दा बन गया धन गुरु रामदास जी दा, उस नूं सतगुरु अपना जान के हर तरह करके उस दी रखिया ते सहायता आप धन गुरु रामदास जी करदे है। औखी घड़ी ना देखण दे, अपना बिरत संभाले, हाथ ते रख अपने को सास सास प्रतपाले, ये अपने महान सतगुरु गुरु रामदास जी ने अपना प्यारा जान के आप उन्होंने सहाई हो के सहायता की है। अपने सतगुरु इतने महान समर्थ हैं कि अपने प्यारे नूं हाथ दे के बचा लेंदे है, अपने प्यारे दी हर समय सहायता ते रखिया करते हैं। जा को मुश्किल अत बना ढोई तो कोई ना दे, लागू होए दुश्मना साथ पे भज खले, सबो भजे आसरा चुका सब सराओ, ते तावा उस पार ब्रह्म लगा न तत्ती वाओ, तत्ती वा नहीं धन गुरु रामदास जी लगन दंदे आप ही हाथ दे के रखिया करदे है। संकट ना को होए जहां पाख कीने हो, जिथे गुरु रामदास सच्चे पातशाह महाराज अपने सेवकां दा पख करदे है, आप सहाई हो के सहायता करदे है, रखिया करदे है, उत्थे किसे तरह दा संकट दुख कोई विघन कोई कष्ट नहीं लग सकदा। आपस में ऐसे कुछ वार्ता करत पए, आपस दे विच महादेव जी दे नाल धन गुरु अर्जन देव जी ने इस तरह दी वार्ता वचन बलास कीते हन। आयस को पाए पुन आए है सदन को, फिर महादेव जी तो आग्या लेके सतगुरु जी अपने महला विच आराम हित आराम करन वास्ते छेवें पातशाह जी अते परिवार नूं नाल लेके आए है। सुख सो बसह सब संकट नसह, बड़े सुख दे नाल श्री अमृतसर साहब सतगुरु जी निवास कर रहे है,
और हर तरह करके जेड़े संकट आए वो सारे नाश हो गए, निवृत्त हो गए। देख दास दिखसे हैं गुरु बालक बदल को, गुरु करते सेवक दास प्रेमी। धन गुरु हरगोबिंद साहब जी का नूरानी चेहरा वेख वेख के, सुंदर चेहरा वेख वेख के, दर्शन कर करके ऐन खिड़े पए है कि किन्ना सुंदर मनमोहना रूप है छेवें पातशाह जी का। खेलत अजर मांझ पिता पैसकार सांझ, और धन गुरु हरगोबिंद साहब जी महलों के अंदर गुरु के महल साहिब स्थान का जिहड़ा वेड़ा उस विच देने जा के खेडते है, और सुबह ते शाम दा जो समा हुंदा है, वक्त मिलता है। बैठत करी को दुख दासन कदन को, यो अपने पिता सतगुरु जी दे चरणां विच जा के सुबह शाम अपने पिता ते पंचम गुरदेव गुरु अर्जन देव जी दे चरणां विच घड़ी दो घड़ी जरूर जाके सतगुरां दे पास बैठते है। जेड़े सतगुरु अपने दासां दे दुखां नूं कट्टण वाले मंदर के अंदर विराजा रूप सुंदर सो, ऐसा गुरु के महलां दे अंदर बड़ा ही सुंदर स्वरूप धन गुरु हरगोबिंद साहब जी विराज दे है। सुभायमान रूप दे विच सतगुरु जी मंदर महलां दे अंदर विचरदे हन। आनंद बिलंद कहल जावत तो मदन को, कहिंदे इन्ना सुंदर स्वरूप है, इन्ना सुंदरताई वाला मस्तक ते मुख है सतगुरु जी का मुखार बिंद है कि जिस सुंदरता नूं वेख के बहुत ही आनंद सेवकां दे हिरदे आनंद नाल भर जांदे है। काम कहिंदा है वी त्रिलोकी विच्चों मैं सब तो सुंदर देवता हाँ, काम नूं सब तो सुंदर देवता मन्निया है, पर जदों छेवें पातशाह जी दे सन्मुख काम भी आउंदा ना चल के, काम देवता जां काम देव कह लो, ओ भी लज्जा मान शर्मिंदा हो जांदा कि मेरे शरीर उत्ते भी इन्नी सुंदरता नहीं जिन्नी धन गुरु हरगोबिंद साहब जी दे पावन पवित्र शरीर उत्ते सतगुरु जी दे सुंदरता विराज रही है। स्वादल आहार तेत जागे ते सकार होत, और जदों सतगुरु जी रात आराम करके जागदे है, दिन चढ़दा है, फिर बड़े स्वाद भोजन माता जी तैयार करके छकन वास्ते दंदे है। भोजन करत है, पहले तो जागद्या नूं भोजन दिता जांदा, फिर जदों पहर भर दिन चढ़ जांदा फिर थोड़ा भोजन सतगुरु जी नूं प्रेम दे नाल माता जी मुख दे विच ग्राहियां पा के बड़े प्रेम दे नाल छकाउंदे आ। पलावत बिभूखन सुहावत है, महाराज जदों खेलदे है दौड़दे है बड़े सुंदर वस्त्र गहने धारण कीते होए छेवें पातशाह जी दे बहुत ही फबदे हन। शीश फूल हिरन जराब को धरत है, और शीश उत्ते बड़ा सुंदर सुनहरी सोने का फुल जिहदे विच हीरे जड़े हुए है वह साध संग जी शीश उत्ते सजाया होया बहुत सुंदर दमकदा है। दीर्घ बिलोचन बिलोकत है जिस देश, बीबिया दे सिरां ते सगी फुल पुराने समय च मातावां बीबिया लाया करदियां सन, ये वो नहीं, ये एक होर बड़ा सुंदर साध संग जी कबल दे आकार दा जिहदे विच हीरे जड़ के बहुत ही सुंदर फुल सतगुरु जी दे शीश उत्ते चंगी तरह सजाया जांदा है, और बड़े दीर्घ बड़े सुंदर चौड़े चौड़े नेत्र हन बड़े। होत है निहाल दुख सागर तरत है, जिस दशा जिस वल भी इन्ने सुंदर नेत्रां नाल सतगुरु जी एक वेरी अमृत रूप दृष्टि पा देंदे है ना, उन्हां दासां दे सारे दुख नाश कर देंदे है। संसार रूप दुखां दे समुंदर तों तर जांदा है जिन्हां दे उत्ते छेवें पातशाह जी दे अमृत रूप नेत्रां दी अमृत रूप दृष्टि पै जांदी। कृपा कटाख अवलोकन कीनो, दास का दुख बदारियो, ऐसी अमृत दृष्टि है संसार भोजन तों पार कर दिंदे हन तार दिंदे हन, अमृत रूप दृष्टि पा के दासां अते सेवकां नूं
आस पास दास रह पास में निवास कर। और छेवें पातशाह जी जो इधर उधर खेडन वास्ते जाते हैं सेवा ले दास सेवक छेवें पातशाह जी दे नाल नाल ही निवास रखते नाल नाल ही रहिंदे है सेवा विच। राख मात्रासना विश्वास को परत है माता जी किसे होर दे उत्ते भी विश्वास नहीं करते आप निगरानी पूरी रखते हैं कि पहला भी बड़े उपद्रव गुरु घर दे दुखियां ने उठाए किते इत्थे भी ना कोई ऐसी चाल चल के कोई उपद्रव खड़ा करन इसलिए माता गंगा जी आप बहुत ख्याल दंदे है। जो रात हुंदी है तन माता गंगा जी अपने हथी सतगुरां लई लंगर तैयार करदे है फिर अपने हथी सतगुरां दे मुख विच ग्राहियां पा के बड़े प्रेम दे नाल छेवें पातशाह जी नूं भोजन छत्ती प्रकार दे छकाए जांदे हन। पासले सुपत प्रत पाठ है प्रीत कर बहुत ही प्रीति करके प्रेम धारण करके अपने पास लै के अपनी सेजा ते अपने सीने नाल कोले ला के छेवें पातशाह जी नूं आराम करन वास्ते सतगुरु जी नूं सवालदे हन। हाथ लाए गात साथ सोवत है जागे प्रात और शरीर उत्ते अपना हाथ ला के रात नूं सौंदे है के विसलापन ना हो जाए किते अगले पहला वर्गियां घटनावां ना घट जान इसलिए छेवें पातशाह जी दे शरीर उत्ते अपना हाथ रखदे है रात नूं बराजन लग्या भी इतना निगरानी इतनी संभाल माता गंगा जी कर दे चंद मुख धोवत दुलारे मोल चीत कर जागदे है चंद्रमा वर्गे मुखड़े नूं माता जी बहुता प्यार करके सतगुरु जी का कुरला ते मुख की सफाई करन तो बाद चेहरे नूं चंगी तरह जल लै के धोंदे है साफ करदे है नए नए रंगदार अंबर पटंबर फिर इशनान भी कराउंदे है नवे नवे रंगा दे बड़े सुंदर वस्त्र लैके अंग मैं सुरंग कब श्याम कब पीत कर बड़े सोहने श्रेष्ठ रंगा दे जेड़े वस्त्र है सुंदर अंगा दे उत्ते तन शरीर दे उत्ते सजाउंदे है कदे पीले रंग दे वस्त्र कदे काले रंग दे वस्त्र बहुत तरह तरह दे सुंदर वस्त्र सतगुरां दे धारण करवाउंदे हन। ऐसी विद नीत कर महा मन हित कर बहुता मन दा हित प्रेम करके छेवें पातशाह जी नूं नेता प्रति उन्हां दी संभाल अते पालना माता गंगा जी करदे ऐ उत्साह रीत कर बसे पुर थीत कर और बड़े उत्साह दे नाल श्री अमृतसर साहब विखे माता जी बड़े सुख दे सहित बस रहे हन बड़े आनंद विच हन के ऐसी पूरी धन गुरु रामदास जी दी वसाई नगरी दे विच बड़ा सुंदर निवास मिलिया है। केतक बिते है मास प्रितत प्रकाश पै जदों किन्ने क महीने बतीत गए छेवें पातशाह जी दीन डौल विच अगे तो अगे वध रहे हन कद नमेरा हो रहा बाहां बड़ियां सुंदर तो सुंदर लंबियां बाहां बड़ा डील डॉल सुंदर तो सुंदर सतगुरु जी का फगता जा रहा है उम्र अगे तो अगे वधदी जा रही है भाव सतगुरु जी बाल अवस्था तो अगे सच्चे पातशाह जी वधदे जा रहे हैं वड्डे हो रहे हैं। होए तीन समत के श्री हरगोबिंद चंद ऐसे धन गुरु हरगोबिंद साहब जी तीन सालां दी शरीर दी अवस्था हो चुकी है गंगा के उमंगन में गंगा के उमंग मन बोली श्री गुरु के संग जदों तीन सालां दे छेवें पातशाह जी पूरे होए तां माता गंगा जी दे मन विच उत्साह आया खुशी आई प्रसन्नता आई और धन गुरु अर्जन देव जी नूं पूरे उत्साह नाल माता गंगा जी ने बेनती कीती है प्रभु ने उबरायो नंद हे सतगुरु जी पति सतगुरु जी बहुत वड्डे वड्डे विघन आए अपने साहिबजादे अते सपुत्र दे उत्ते पर वाहिगुरु परमेश्वर ने अपने साहिबजादे नूं हथ दे के बचा के रखिया हर तरह की रक्षा कीती अपने बालक आप रखियन
आप हाथ दे के हाथ न करके रखिया ते सहायता कीती है। ब्रह्म भोज की जय आप अधिक प्रताप होए। हे महाराज हम इस खुशी विच वाहिगुरु परमेश्वर ते सतगुरां दे निमित्त आपां ब्रह्म भोज करिए। भाव बड़ा सुंदर लंगर तैयार करके ब्रह्म भोज उस नूं कहिंदे है जिहड़ा वाहिगुरु दे निमित्त भोजन तैयार किया जाए। जिहड़ा सतोगुणी भोजन 36 प्रकार दे जिहदे विच भोजन हो और जिस विच किसी भी धर्म नाल किसी जाति नाल किसी भी तरह का कोई वितकरा ना हो, हर एक नूं सन्मान दे नाल भोजन छकाया जाए, यथाशक्त दान दिता जाए। माता जी की कहिंदे है, महाराज मेरी इच्छा है कि आप ब्रह्म भोज वड्डा लंगर वड्डा जग आप सारे मिलके करिए, जिस करके होर भी प्रताप संसार के अंदर छेवे पातशाह जी का दुनिया के कोने कोने फैल जाए। सतसंग जी गुरु के लंगर करन दा, गुरु के लंगर छकाउन दा बहुत वड्डा पुन बहुत वड्डा फल है। दान तो सारे आपो अपनी थान ते बहुत महान रुतबा रखते हैं, पर जिहड़ा अन्न दा दान देना है ये किसी नूं प्राण दान देने दे बराबर सब तो वड्डा धार्मिक ग्रंथां दे विच पुन मन्निया। जग कई तरह के मन्ने हैं सात संगत जी, पर जिहड़ा सब तो वड्डा अन्न दा जग करना इसका बहुत वड्डा फल है कि आपा ऐसा ब्रह्म भोज लंगर करिए जिस करके बहुत ही प्रताप इन्हां दा संसार विच होवे। जेन केन दीजिए आहार होए आनंद कंद। और अपने घर दे विच जिस किसे नूं भी जेड़ा भी आवे हर माई भाई नूं भोजन तैयार करके बड़े आनंद ते प्रेम दे नाल भोजन देना करिए, छकाउना करिए। खाए हर खावे देख आशक अलावे। बेड़ा आके लंगर चो प्रसादा छकेगा, फिर छक के आपां नूं अते साहिबजादे नूं शीशां देवेगा अपने मुख तों। बहु जस बिथरावेगा बिलंदहीन कंध तों दो। और बहुत फिर संसार विच जस फैलेगा, जिन्ने विघन हन दुख हन कष्ट हन ओ सारे दुख लंगर दी सेवा करन दे नाल कटे जाणगे दूर हो जाणगे। बानी पुन सानी सुन सतगुरु अर्जन होए। धन गुरु अर्जन देव जी ने पुन्ना वाली ये दान पुन करना सात सिंह जी, पुन दान का करे शरीर सो गिर ही गंगा का। गृहस्थी का यह धर्म है कि दशा महो दी किरत करके ये नहीं कि आप ही सारा कुछ खा पी लवे खर्च लवे, उस विचों बचा के दान पुन जरूरी करना ये फर्जा की पालना है। जिथे अपने बच्चे बच्चिया की संभाल करनी है, संसार दियां लोड़ां पूरियां करनियां, उत्थे उहदे विचों बचा के धर्म की खातर दान पुन भी बड़ा जरूरी है, करना चाहिदा हर तरह करके। हर एक माई भाई नूं जिन्नी जिन्नी किसे विच समर्था हो, जिन्नी समर्था बहुती समर्था बहुती सेवा करो, थोड़ी है थोड़ा योगदान पा दियो, पर पाउणा चाहीदा है। इस लई धन गुरु अर्जन देव साहब जी नूं माता जी ने बेनती की, तां उस वक्त पुन दान वाला ये वचन ये बेनती सुन के धन गुरु अर्जन देव साहिब जी ने हर कमन हुक्म बखानो दी जय पुन धन होए कै हरख मन हुक्म बखाने। बहुत प्रसन्न हो के धन गुरु अर्जन देव जी ने उस वक्त आग्या दिती, हुक्म कीता सेवकां नूं सेवादारां नूं, तीजा पुंज धन आवे बस तू अनेक मन। महाराज कहिंदे भाई खजाने विचों बहुता धन दिओ और अणगिणत वस्तुआं जिहड़ियां हन ਉਹ ਬਾਜ਼ਾਰ ਵਿੱਚੋਂ ਲੰਗਰ ਤਿਆਰ ਕਰਨ ਲਈ 36 ਪ੍ਰਕਾਰ ਦੇ ਭੋਜਨ ਤਿਆਰ ਕਰਨੇ ਹੈ, ਲੰਗਰ ਬਣਾਉਣਾ, ਇਸ ਲਈ ਬਹੁਤਾ ਧਨ ਦੇ ਕੇ ਰਸਤਾ ਮੰਗਾਓ। ਇੰਨਾ ਅੰਨ ਲਿਆਉਣਾ ਕਰੋ ਬਾਜ਼ਾਰ ਦੇ ਵਿੱਚੋਂ
ਕਿ ਅਟੁੱਟ ਲੰਗਰ ਵਰਤੇ, ਕੋਈ ਘਾਟਾ ਨਾ ਆਵੇ, ਕੋਈ ਭੁੱਖਾ ਪਿਆਸਾ ਨਾ ਇਸ ਲੰਗਰ ਦੇ ਵਿੱਚੋਂ ਜਾਵੇ। ਵੱਡਾ ਭੰਡਾਰਾ ਕਰਨਾ ਹੈ ਲੰਗਰ ਦਾ। ਮਾਨਕ ਅਸੰਖ ਆਵੇ ਭੋਜਨ ਜੋ ਮਨ ਭਾਵੇ। ਮਹਾਰਾਜ ਕਹਿੰਦੇ ਸੰਗਤਾਂ ਨੇ ਅਸੰਖਾਂ ਦੀ, ਅਣਗਿਣਤ ਸੰਗਤਾਂ ਆਉਣਗੀਆਂ, ਗਿਣਤੀ ਨਹੀਂ ਹੋਣੀ। ਜਦੋਂ ਗੁਰੂ ਘਰ ਵਿੱਚ ਵੱਡਾ ਪੱਕਾ ਭੰਡਾਰਾ ਭੋਜਨ ਕੀਤਾ ਗਿਆ ਤੇ ਮਨ ਪਾਉਂਦਾ ਸੰਗਤਾਂ ਦੇ ਛਕਣ ਵਾਲਾ, ਸਵਾਦ ਲੰਗਰ ਤਿਆਰ ਕਰੋ, ਭੰਡਾਰਾ ਤਿਆਰ ਕਰੋ। ਇਹ ਨਹੀਂ ਕਿ ਲੰਗਰ ਚੰਗਾ ਨਾ ਬਣੇ, ਲੰਗਰ ਚ ਹਰ ਤਰ੍ਹਾਂ ਦਾ ਪਦਾਰਥ ਤਿਆਰ ਹੋਵੇ। ਖਾਵੇ ਹਰ ਖਾਵੇ ਕਰੇ ਪਾਕ ਕੋ ਮਹਾਨਿਓ। ਕਿਉਂ? ਭੋਜਨ ਜੋ ਮਨ ਭਾਵੇ ਖਾਵੇ, ਹਰ ਖਾਵੇ ਕਰੇ ਪਾਕ ਕੋ ਮਹਾਨਿਓ। ਮਹਾਰਾਜ ਕਹਿੰਦੇ ਜਿਹੜਾ ਭੋਜਨ ਲੰਗਰ ਦੇ ਵਿੱਚੋਂ ਛਕੇਗਾ ਉਹਦਾ ਮਨ ਬਹੁਤ ਪ੍ਰਸੰਨ ਹੋਣਾ ਕਰੇ, ਔਰ ਜਦੋਂ ਕੋਈ ਲੰਗਰ ਛਕੇਗਾ ਤਾਂ ਸਾਡੀ ਰਸੋਈ, ਸਾਡਾ ਲੰਗਰ ਵੀ ਲੰਗਰ ਛਕਣ ਨਾਲ, ਸੰਗਤਾਂ ਦੇ ਭੋਜਨ ਛਕਣ ਦੇ ਨਾਲ ਪਾਕ ਪਵਿੱਤਰ ਹੋ ਜਾਏਗਾ। ਲੰਗਰ ਤਾਂ ਹੀ ਪਵਿੱਤਰ ਹੁੰਦਾ ਜੇ ਲੰਗਰ ਤਿਆਰ ਕਰਕੇ ਪਵਿੱਤਰਤਾ ਨਾਲ ਅਰਦਾਸ ਕਰਕੇ ਸੰਗਤ ਨੂੰ ਛਕਾਇਆ ਜਾਵੇ, ਫਿਰ ਸਾਧ ਸੰਗਤ ਦੀ ਰਸੋਈ ਵੀ ਪਵਿੱਤਰ ਹੋ ਜਾਂਦੀ ਹੈ, ਉਹ ਵੀ ਸਫਲੀ ਹੋ ਜਾਂਦੀ ਹੈ। ਇਸ ਕਰਕੇ ਜਦੋਂ ਸੰਗਤਾਂ ਪ੍ਰਸੰਨ ਹੋ ਕੇ ਭੋਜਨ ਛਕਣਗੀਆਂ, ਘ੍ਰਿਤ ਕੋ ਮੰਗਾਵੋ ਸਰਕਰਾ ਤੋਂ ਖਰੀਦ ਲਿਆਵੋ, ਔਰ ਬਹੁਤਾ ਦੇਸੀ ਘਿਓ ਮੰਗਾਓ। ਜੋ ਦੇਸੀ ਹੁੰਦਾ ਸੀ ਗਾਵਾਂ ਮੱਝਾਂ ਦਾ ਘਿਓ ਮੰਗਾਓ, ਸਰਕਰਾ ਖੰਡ ਲਿਆਓ ਚੰਗੀ ਤਰ੍ਹਾਂ ਖਰੀਦ ਕੇ। ਸੁੰਦਰ ਧੂਮ ਕੋ ਪਿਸਾਓ ਜੋ ਪਰਮਾਨੇ ਹੋ, ਸੁੰਦਰ ਕਣਕ ਦਾ ਆਟਾ ਪਸਾਣਾ ਕਰੋ, ਇੰਨਾ ਆਟਾ ਪਸਾਓ ਕਿ ਪ੍ਰਸ਼ਾਦੇ ਪੱਕਣ ਵੇਲੇ ਕੋਈ ਕਮੀ ਨਾ ਆਵੇ। ਦਸਨ ਦਰਬ ਦੇ ਵਸਤੂ ਮੰਗਾਈ ਸਭ, ਸਾਰੀਆਂ ਵਸਤੂਆਂ ਲੰਗਰ ਦੀਆਂ ਰਸਤਾ ਬਹੁਤਾ ਧਨ ਸੇਵਕਾਂ ਨੂੰ ਦੇ ਕੇ ਸਤਿਗੁਰਾਂ ਨੇ ਮੰਗਵਾਈਆਂ ਹਨ। ਧਰੇ ਵੇ ਕਰਾਵੇ ਕੋ ਕੀਨ ਪਕਵਾਨ ਕੋ, ਨਿਸ਼ਚਿਤ ਦਿਨ ਕਰਕੇ ਵੱਡੇ ਵੱਡੇ ਕੜਾਹੇ ਸਾਧ ਸੰਗਤ ਜੀ ਕਾਰੀਗਰ ਲਾਂਗਲੀ ਸਿੱਖ ਲਾ ਕੇ ਕੜਾਹੇ ਧਰ ਦਿੱਤੇ ਹੈ, ਔਰ ਸਾਧ ਸੰਗਤ ਜੀ ਪਕਵਾਨ ਬਣ ਲੱਗ ਪਏ ਹਨ। ਬੜਾ ਪ੍ਰਸ਼ਾਦ ਬਹੁਤ ਤਿਆਰ ਕੀਤਾ, ਪੂੜੀਆਂ ਤਲੀਆਂ ਦੇਸੀ ਘਿਓ ਦੇ ਵਿੱਚ, ਮਾਲ ਕੂੜੇ ਮਿੱਠੇ। ਮਹਾਂਪੁਰਖਾਂ ਵੇਲੇ ਸਾਧ ਸੰਗਤੀ ਮਾਲ ਕੂੜੇ ਵਰਤੇ ਕਰਦੇ, ਅੱਜ ਵੀ ਵਰਤਦੇ ਹੈ। ਸੋ ਪੂੜੀਆਂ ਜਿਹੜੀਆਂ ਹੁੰਦੀਆਂ ਲੂਣ ਵਾਲੀਆਂ ਅਤੇ ਮਾਲ ਕੂੜੇ ਮਿੱਠੇ ਹੁੰਦੇ ਹੈ, ਇਸ ਕਰਕੇ ਪੂੜੀਆਂ ਔਰ ਕੂੜੇ ਮਾਲ ਕੂੜੇ ਕਚੌਰੀਆਂ ਚੌਲ ਕਚੌਰੀਆਂ ਸਾਧ ਸੰਗਤੀ ਆਲੂ ਅਤੇ ਮਸਾਲੇ ਪਾ ਕੇ ਘਿਓ ਜਾਂ ਤੇਲ ਵਿੱਚ ਤਲੀਆਂ ਜਾਂਦੀਆਂ ਹਨ, ਸਲੂਣਾ ਪਕਵਾਨ ਹੈ। ਇਸ ਕਰਕੇ ਪੁਆਧ ਦੇ ਇਲਾਕੇ ਦੇ ਵਿੱਚ ਇਹ ਭੋਜਨ ਜ਼ਿਆਦਾ ਵਰਤਾਇਆ ਜਾਂਦਾ, ਜਾਂ ਬਿਹਾਰ ਵਿੱਚ ਵੀ, ਹੁਣ ਤਾਂ ਸਾਰੇ ਪੰਜਾਬ ਦੇ ਵਿੱਚ ਵੀ ਵੱਖ ਵੱਖ ਜਦੋਂ ਵੱਡੇ ਜੋੜ ਮੇਲੇ ਹੁੰਦੇ ਆ, ਵੱਖ ਵੱਖ ਇਲਾਕੇ ਦੀਆਂ ਸੰਗਤਾਂ ਆ ਕੇ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਵਿੱਚ ਜਿਹੜੇ ਜਿਹੜੇ ਪਕਵਾਨ ਬਣਦੇ ਹੈ, ਫਿਰ ਉਹ ਸੰਗਤਾਂ ਲਈ ਭੰਡਾਰੇ ਲਾ ਕੇ ਸੰਗਤਾਂ ਨੂੰ ਛਕਾਉਂਦੇ ਹੈ। ਇਉਂ ਕਚੌਰੀਆਂ ਪੂੜੇ ਮਾਲ ਪੂੜੇ ਅਤੇ ਪੂਰੀਆਂ ਅਤੇ ਕੜਾਹ ਪ੍ਰਸ਼ਾਦ ਬਹੁਤਾ ਤਿਆਰ ਕਰਾਇਆ। ਮੋਦਕ ਬਣਾਵੇ ਜੋ ਮੋਦਕ ਮਹਾਨ ਕੋ, ਔਰ ਮਹਾਨ ਆਨੰਦ ਦੇਣ ਵਾਲੇ ਬਹੁਤਾ ਰਸ ਸਵਾਦ ਦੇਣ ਵਾਲੇ ਲੱਡੂ ਵੀ ਵੱਡੇ ਵੱਡੇ ਸਤਿਗੁਰੂ ਜੀ ਨੇ ਤਿਆਰ ਕਰਵਾਏ। ਇਉਂ ਚੰਗੀ ਤਰ੍ਹਾਂ ਸਿੱਖਾਂ ਨੇ ਮਿਲ ਕੇ ਵੱਡੇ ਵੱਡੇ ਲੱਡੂ ਆਪਣੇ ਹੱਥਾਂ ਵਿੱਚ ਲੈ ਕੇ ਵੱਟਣਾ ਕੀਤੇ, ਔਰ ਲੱਡੂਆਂ ਨੂੰ ਵੀ ਤਿਆਰ ਕੀਤਾ। ਜਦੋਂ ਸੱਚੇ ਵੱਡੇ ਮਹਾਂਪੁਰਖ ਸੱਖਣ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਮਹਾਂਪੁਰਖਾਂ ਦੇ ਸਮੇਂ ਵੱਡੇ ਮਹਾਂਪੁਰਖ ਸੱਖਣ ਪਿਆਲਾ ਕਰ ਗਏ। ਜਦੋਂ ਮਹਿਤੇ ਮਹਾਂਪੁਰਖ ਆਏ, ਵੱਡਾ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਕੀਤਾ ਗਿਆ। ਪੁਰਾਣੇ ਸਿੰਘ ਦੱਸਦੇ ਹੈ ਕਿ ਮਹਾਂਪੁਰਖਾਂ ਨੇ ਵੱਡੇ ਵੱਡੇ ਲੱਡੂ ਦੇਸੀ ਘਿਓ ਦੇ ਬਟਾਏ ਔਰ ਕੋਠਾ ਭਰ ਦਿੱਤਾ ਲੱਡੂਆਂ ਦੇ ਨਾਲ, ਕਿ ਸੰਗਤਾਂ ਨੇ ਆਉਣਾ ਅਤੇ ਮਨ ਪਾਉਂਦਾ ਸੰਗਤਾਂ ਮਠਿਆਈਆਂ ਛਕ ਕੇ ਆਨੰਦ ਪ੍ਰਾਪਤ ਕਰਨ। 101 ਅਖੰਡ ਪਾਠਾਂ ਦੀ ਕੋਤਰੀ ਕੀਤੀ ਗਈ, ਲੰਗਰ ਦੀਵਾਨ, ਔਰ ਸਾਧ ਸੰਗਤ ਜੀ ਵੱਡੇ ਕੋਠੇ ਭਰ ਦਿੱਤੇ ਲੱਡੂਆਂ ਦੇ, ਔਰ ਫਿਰ ਉਹ ਸੰਗਤਾਂ ਨੂੰ ਰੱਜ ਰੱਜ ਕੇ ਛਕਾਏ। ਇੱਕ ਇੱਕ ਲੱਡੂ ਨਹੀਂ ਕਹਿੰਦੇ, ਹਰ ਇੱਕ ਬੰਦੇ ਕੋਲੋਂ ਛਕਿਆ ਜਾਂਦਾ ਸੀ।
अद्धा लड्डू खा के रज जाते सन। एडे वे वे लड्डू महापुरखा ने आप हथा नाल बटाए सन कह के संगतां नूं। क्यों भाई वे वे लड्डू भी बहुत आनंद देने वाले तैयार करवाए मेवे सो अमेज कर रायता सलोन पटो। और साध संगत जी रायता तैयार किया दही का लून वाला और उस दे विच तरह तरह के मेवे मेवे बदाम इस तरह सौगी इस तरह काजू पिस्ता ये मेवे भी विच पाए गए। वेखो अजकल लोग गल्लां करते हैं कि असी बड़े बड़े पकवान बनाते हाँ पर गुरु घर के उस समय कीमती मेवे भी रायते दे विच लून वाले रायते दे विच पा के तैयार किए गए। मूल का प्रधार कर दाए संग खान को। और मूलियां भी साध संगत जी मूलियां चंगी तरह कद्दूकस करके उस रायते दे विच पाईयां गईयां। बृंदारक हुंदा बताऊं बताऊं दी सब्जी रिल के चंगी तरह खाण वास्ते तैयार की गई है। पकवान पक्के मठियाईयां दे तैयार कर करके कोठे भर दिते हन। सिख को बिठायो करा जप जी बखान को। आ बचन साध संगत जी ध्यान नाल सुन वाला जदों मठियाईयां तैयार हो गईयां लंगर तैयार हो गया सारे लंगर कोले एक सिख नूं बिठाया सतगुरु जी ने आग्या करके और हुक्म कीता कि भाई उच्ची जपजी साहब जी का पाठ सारे भंडारे कोले बैठ के करना जपजी साहिब जी का पाठ और रसना नाल बोल के करना। महापुरख भी दस्या करते सन जदों लंगर तैयार हो जाए साध संगत जी पकवान तैयार हो जाए ता जिथे पकवान अते लंगर पिया सुचा उत्थे एक सिंह जां माई भाई जपजी साहब जी का पाठ करदा रहे। जे जपजी साहब जी का पाठ होंदा रहे ना फिर लंगर दे विच कदे घाट अते तोट नहीं पैंदी। तिचर मूल ना थुड़ी दो तिचर आप कृपाल सब तो खुट बाबा नानका खाए खर्च धनवाल। ये जपजी साहब का पाठ कराने की परंपरा सतगुरां ने अपने समय आप तोरी है। अज भी जदों नित शाम नूं लंगर वरताया जांदा तां एक सिंह पंगतां लगन तो जपजी साहब जी का पाठ संगत नूं सरवण करवाउंदे लंगर छकदिआं छकदिआं। इस लई साध संगत जी गुरु घर की परंपरा है जिहड़ी जथेबंदियां ने दमदमी टकसाल ने गुरसिख संगतां ने संभाल के रखी हुई। जपजी साहब का पाठ करन दे नाल लंगर दे विच साध संगत जी बरकतां पै जांदियां कदे कमी घाट नहीं आउंदी। जदों घरां दे विच भी कोई कार्ज करो संगतां नूं लंगर छकाओ व्याह शादी उदों भी जपजी साहब दे पाठ कोले बैठ के करने चाहीदे है जिस करके बरकत बनी रहे। बहुत वड्डा फल है श्री जपजी साहिब जी दी बाणी दा। इह सतगुरु जी सानूं ये मर्यादा साढ़े लिए सतगुरु जी कायम कर रहे हैं कि भाई जपजी साहब जी का पाठ करना लंगर तैयार करके वरताउण तो पहला सारा भंडारे दे पास प्रतिया सो प्रथम हकार सन्मान साहब। सब तो पहला वड्डे भरातां नूं देखो वह ईरखा करदा सतगुरु जी का हिरदा किन्ना निर्वैर है। ये ब्रह्म भोज भंडारे दे विच सतगुरु जी ने सदा भेजिया पिरथिए नूं भी सद्या है सन्मान नाल। करम बुलाई संग दासी चल आई है। करमों नूं पिरथिए दी घरवाली नूं भी बुलाया ते नाल आग्या कीती जिन्ने सेवक है दासियां उन्हां नूं भी लै के आउणा अज दे भंडारे दे अंदर। क्यों पिरथिया बुलाया करमों नूं बुलाया दासी भी नाल आई है सेवक। महादेव महामोद हृदय कर आयो आप। महादेव जी नूं भी बुलाया जिहड़े बड़े आनंद दे नाल बड़ी प्रसन्नता नाल आप आए है। और सिख संगतां और सिख संगतां मिली जो समदाई है। और जिन्नियां भी संगतां बहुत ज्यादा संगतां नूं भी सदे दे के सद्या है आ रहियां हन। विप्र आए ब्रिंद मिल सुन सुन ग्रामन ते। वखो वखरे नगरां विचों जिहड़े ब्राह्मण सन
ਉਹ ਵੀ ਭੰਡਾਰੇ ਵਿੱਚੋਂ ਬ੍ਰਹਮ ਭੋਜ ਦੇ ਵਿੱਚੋਂ ਭੋਜਨ ਛਕਣ ਵਾਸਤੇ ਸਾਰਿਆਂ ਨੂੰ ਸੱਦਿਆ ਗਿਆ, ਉਹ ਵੀ ਮਿਲ ਕੇ ਆਏ ਆ ਸੁਣ ਸੁਣ ਕੇ। ਰੰਗ ਪਏ ਅਣਗਣ ਪੰਗਤ ਬਿਠਾਈ, ਹਰੀਬ ਵੀ ਅਣਗਿਣਤ, ਕੋਈ ਵਿਤਕਰਾ ਨਹੀਂ ਕੀਤਾ। ਜਿੱਥੇ ਇਹ ਬ੍ਰਾਹਮਣਾਂ ਨੂੰ ਬੁਲਾਇਆ ਉੱਥੇ ਚੌ ਵਰਣਾਂ ਨੂੰ, ਔਰ ਜਿੱਥੇ ਸਾਧੂਆਂ ਨੂੰ ਬੁਲਾਇਆ ਉੱਥੇ ਸੰਤਾਂ ਨੂੰ ਵੀ ਬੁਲਾਇਆ, ਭਾਵ ਸਤਿਗੁਰਾਂ ਨੇ ਕੋਈ ਵੀ ਨਹੀਂ ਛੱਡਿਆ, ਫਿਰ ਕਿਸੇ ਨਾਲ ਵਿਤਕਰਾ ਨਹੀਂ। ਉਹਨਾਂ ਸਮਿਆਂ 'ਚ ਲੋਕ ਨਾ ਇਕੱਲਾ ਬ੍ਰਾਹਮਣਾਂ ਨੂੰ ਸੱਦ ਕੇ ਬ੍ਰਹਮ ਭੋਜ ਕਰਦੇ, ਜੇ ਬ੍ਰਹਮ ਭੋਜ ਕਰਦੇ ਤਾਂ ਪਹਿਲਾਂ ਬ੍ਰਾਹਮਣਾਂ ਨੂੰ ਪੰਗਤ ਦੇ ਵਿੱਚ ਬਿਠਾ ਕੇ ਭੋਜਨ ਛਕਾਇਆ ਜਾਂਦਾ, ਬਾਕੀ ਲੋਕਾਂ ਨੂੰ ਬਾਲਦੇ। ਪਰ ਸਤਿਗੁਰਾਂ ਨੇ ਐਸਾ ਵਿਤਕਰਾ ਨਹੀਂ ਕੀਤਾ, ਸਤਿਗੁਰਾਂ ਨੇ ਸਾਰੀਆਂ ਸੰਗਤਾਂ ਵੀ ਬੁਲਾਈਆਂ, ਔਰ ਬ੍ਰਾਹਮਣਾਂ ਨੂੰ ਵੀ ਆਦਰ ਸਤਿਕਾਰ ਦਿੱਤਾ, ਔਰ ਸੰਗਤਾਂ ਨੂੰ ਵੀ ਉਵੇਂ ਬਰਾਬਰ ਸਤਿਕਾਰ ਦਿੱਤਾ। ਜਿਹੜੇ ਗਰੀਬ ਮਾਈ ਭਾਈ ਅਣਗਿਣਤ ਸਨ ਉਹਨਾਂ ਨੂੰ ਵੀ ਬਰਾਬਰੀ ਪੰਗਤਾਂ ਦੇ ਵਿੱਚ ਬਿਠਾਇਆ ਸਨਮਾਨ ਦੇ ਨਾਲ, ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ। ਲੱਗੇ ਹੈ ਪਰੋਸਣਾ ਅਸਨ ਕੋ ਅਨੇਕ ਨਾਰ, ਹੁਣ ਵਰਤਾਵੇ ਹਜ਼ਾਰਾਂ ਦੀ ਗਿਣਤੀ ਵਿੱਚ, ਸੈਂਕੜਿਆਂ ਦੀ ਗਿਣਤੀ ਵਿੱਚ ਲਾਏ ਗਏ। ਸਭ ਤੋਂ ਪਹਿਲਾਂ ਪੰਗਤਾਂ ਦੇ ਵਿੱਚ ਚੰਗੀ ਤਰ੍ਹਾਂ ਸਾਰਿਆਂ ਦੇ ਹੱਥ ਪਵਿੱਤਰ ਕਰਾਏ, ਫਿਰ ਭੋਜਨ ਸਾਰਿਆਂ ਦੇ ਅੱਗੇ ਪਰੋਸਿਆ ਗਿਆ। ਲੇਹ ਦੇਹ ਪਾਨੀ ਤਾਂ ਹੈ ਆਨੰਦ ਅਲਾਈ ਹੈ, ਜਦੋਂ ਸਾਰਿਆਂ ਦੇ ਅੱਗੇ ਇਕੱਠਾ ਲੰਗਰ ਭੋਜਨ ਪਕਵਾਨ ਪਰੋਸੇ ਗਏ ਵਰਤਾਇਆ ਗਿਆ, ਤਾਂ ਸਾਧ ਸੰਗਤ ਜੀ ਸਲੋਕ ਪੜ੍ਹ ਕੇ ਲੰਗਰ ਸ਼ੁਰੂ ਕੀਤਾ ਗਿਆ। ਫਿਰ ਜਿਹੜੇ ਵਰਤਾਵੇ ਹੈ ਆਪਣੇ ਮੁੱਖ ਤੋਂ, ਆਹ ਵੀ ਪਕਵਾਨ ਲਓ ਜੀ, ਪ੍ਰਸ਼ਾਦਾ ਲਓ ਜੀ, ਲੱਡੂ ਲਓ ਜੀ, ਪੂੜੇ ਲਓ ਜੀ, ਪੂੜੀਆਂ ਲਓ, ਕਚੌਰੀਆਂ ਲਓ, ਅਤੇ ਉਹ ਬੇਨਤੀਆਂ ਕਰ ਕਰਕੇ ਜ਼ਰੂਰ ਛਕੋ ਜੀ, ਕਿਉਂ ਸਾਰੇ ਵਰਤਾਵੇ ਦੇ ਰਹੇ ਅਤੇ ਛਕਣ ਵਾਲੇ ਉਹਨਾਂ ਦੇ ਹੱਥਾਂ ਤੋਂ ਲੈ ਕੇ ਛਕਦੇ ਹੈ। ਜਿਤਨੋ ਅਸਨ ਖਾਏ ਨਰ ਤ੍ਰਿਪਤਾਏ ਰਹਿ, ਜਿੰਨਾ ਭੋਜਨ ਐਨ ਰੱਜ ਕੇ ਛੱਕ ਕੇ ਤ੍ਰਿਪਤ ਹੋ ਸਕਦਾ ਕੋਈ ਵੀ ਛਕਣ ਵਾਲਾ। ਇੱਕ ਵਾਰ ਤੇਤਨੋਂ ਪਰੋਸਿਓ ਹੈ ਬਣਾਏ ਕਰ, ਇੱਕੋ ਵਾਰੀ ਉਹਨਾਂ ਭੋਜਨ ਪਰੋਸ ਪਰੋਸ ਕੇ ਅੱਗੇ ਬਣਾ ਕੇ ਤਿਆਰ ਕਰਕੇ ਥਾਲ ਸਜਾ ਕੇ ਪਤਲਾ ਸਜਾ ਕੇ ਰੱਖਿਆ ਗਿਆ। ਗਊ ਦੇਹ ਮੋਦਕ ਸਪੂਰ ਕਾ ਕਰਾਹੋ ਦੇ, ਫਿਰ ਛਕਦਿਆਂ ਨੂੰ ਜਿੱਥੇ ਜਿੱਥੇ ਲੋੜ ਹੁੰਦੀ ਹੈ, ਕੋਈ ਤਾਂ ਲੱਡੂ ਵਰਤਾ ਰਿਹਾ ਟੋਕਰੇ ਭਰ ਕੇ, ਕੋਈ ਪੂਰੀਆਂ ਵਰਤਾ ਰਿਹਾ ਹੈ, ਕੋਈ ਕੜਾਹ ਪ੍ਰਸ਼ਾਦ ਸਾਧ ਸੰਗਤੀ ਦੇ ਰਿਹਾ ਹੈ। ਭੁੱਖ ਸੁੱਖ ਚੌਰੀ ਖਾਏ ਰਹੇ ਤ੍ਰਿਪਤਾਏ ਕਰ, ਕੋਈ ਸਾਧ ਸੰਗਤ ਜੀ ਮਾਲ ਪੂੜੇ, ਕੋਈ ਕਚੌਰੀਆਂ, ਇਹੋ ਸਾਰੇ ਵਰਤਾਵੇ ਵਰਤਾ ਰਹੇ ਅਤੇ ਸਾਰੇ ਬੜੇ ਪ੍ਰੇਮ ਨਾਲ ਛੱਕ ਛੱਕ ਕੇ ਤ੍ਰਿਪਤ ਹੋ ਰਹੇ ਹਨ, ਮਨ ਭਾਉਂਦਾ ਲੰਗਰ ਚੋਂ ਭੋਜਨ ਲੈ ਕੇ। ਤਦ ਸੋ ਪਕੌੜੀ ਭਰੇ ਜੀਰਕ ਮਿਰਚ ਪਾਏ, ਔਰ ਦਹੀਂ ਦੇ ਵਿੱਚ ਸਾਧ ਸੰਗਤ ਜੀ ਪਕੌੜੀਆਂ ਪਾਈਆਂ ਹੋਈਆਂ ਹਨ, ਔਰ ਦਹੀਂ ਵਿੱਚ ਬੜੇ ਪਾਏ ਹੋਏ ਹੈ, ਜੀਰਾ ਪਾਇਆ ਹੋਇਆ, ਮਿਰਚਾਂ ਪਾਈਆਂ ਹੋਈਆਂ ਹਨ ਬੜੇ ਪ੍ਰੇਮ ਦੇ ਨਾਲ। ਧਨੀਆ ਲਵਨ ਸੋ ਪਰੋਸੀ ਮਿਲਾਏ ਕਰ, ਔਰ ਧਨੀਆ ਵੀ ਵਿੱਚ ਪਾਇਆ ਖੁਸ਼ਬੂ ਵਾਸਤੇ ਕੱਟ ਕੇ, ਔਰ ਲੂਣ ਵੀ ਪਾਇਆ, ਇਸ ਤਰ੍ਹਾਂ ਦੇ ਪਕਵਾਨ ਵੀ ਪਰੋਸੇ ਹਨ। ਸਾਧ ਸੋ ਸਰਾਹੇ ਅਹਲਾਦਤ ਉਮਾ ਹੈ ਮਨ, ਔਰ ਜਿਹੜੇ ਛਕਦੇ ਹੈ ਨਾ ਉਹ ਭੋਜਨ ਛੱਕ ਕੇ ਜਿਨ੍ਹਾਂ ਵਿੱਚੋਂ ਸਵਾਦ ਆਨੰਦ ਆ ਰਿਹਾ ਨਾ, ਹਰ ਇੱਕ ਬੜੀ ਮਹਿਮਾ ਸਿਫਤ ਕਰਦਾ, ਔਰ ਸਲਾਉਂਦੇ ਹੈ ਕਿ ਮਹਾਰਾਜ ਨੇ ਇਹੋ ਜਿਹੇ ਪਕਵਾਨ, ਇਹੋ ਜਿਹਾ ਭੋਜਨ, ਇਹੋ ਜਿਹਾ ਬ੍ਰਹਮ ਭੋਜ ਲੰਗਰ ਤਿਆਰ ਕੀਤਾ, ਕਦੇ ਰਾਜਿਆਂ ਦੇ ਘਰ ਵਿੱਚ ਵੀ ਇਹੋ ਜਿਹਾ ਪਕਵਾਨ, ਇਹੋ ਜਿਹਾ ਭੋਜਨ, ਇਹੋ ਜਿਹਾ ਲੰਗਰ ਨਹੀਂ ਬਣਿਆ। ਜਿਹੜੇ ਛਕਦੇ ਹੈ ਉਹ ਸਲਾਉਂਦੇ ਵੀ ਹੈ ਅਤੇ ਉਹਨਾਂ ਦਾ ਮਨ ਆਨੰਦ ਦੇ ਨਾਲ ਭਰ ਜਾਂਦਾ, ਮਨ ਵਿੱਚ ਉਤਸ਼ਾਹ ਆ ਰਿਹਾ, ਸਾਧ ਸੰਗਤ ਜੀ ਆਨੰਦ ਕਿਉਂ ਆ ਰਿਹਾ, ਇਹ ਦਸਾਂ ਮਾਹਾਂ ਦੀ ਧਰਮ ਦੀ ਕਿਰਤ ਦਾ ਅੰਨ ਹੈ। ਦੂਜਾ ਬਣਾਉਣ ਵਾਲਿਆਂ ਨੇ ਬਾਣੀ ਪੜ੍ਹ ਕੇ ਬਣਾਇਆ, ਫਿਰ ਸੁੱਚ ਪਵਿੱਤਰਤਾ ਨਾਲ ਬਣਾਇਆ, ਕੋਲੇ ਬੈਠ ਕੇ ਜਪਜੀ ਸਾਹਿਬ ਜੀ ਦਾ ਲਗਾਤਾਰ ਪਾਠ ਹੋ ਰਹੇ ਹੈ, ਵਰਤਾਉਣ ਵਾਲੇ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਰਤਾ ਰਹੇ ਹੈ, ਅਤੇ ਸਾਧ ਸੰਗਤ ਜੀ ਜਿੱਥੇ ਇੰਨੀ ਬਾਣੀ ਪੜ੍ਹੀ ਗਈ, ਇੰਨੀ ਧਰਮ ਦੀ ਕਿਰਤ ਦਾ ਸੱਚਾ ਸੁੱਚਾ ਅੰਨ ਜਿੱਥੇ ਨਾਮ ਜਪ ਕੇ ਤਿਆਰ ਕੀਤਾ ਗਿਆ, ਉੱਥੇ ਛਕਣ ਵਾਲਿਆਂ ਨੂੰ ਕਿਉਂ ਨਹੀਂ ਆਨੰਦ ਆਏਗਾ, ਕਿਉਂ ਨਹੀਂ ਸ਼ਾਂਤੀ ਆਏਗੀ? ਜ਼ਰੂਰ ਆਏਗੀ। ਸਾਡੀਆਂ ਮਾਵਾਂ ਜਦੋਂ ਘਰਾਂ ਵਿੱਚ ਸੁਬਹਾ ਸ਼ਾਮ ਪ੍ਰਸ਼ਾਦਾ ਬਣਾਉਂਦੀਆਂ, ਜੇ ਸਵੇਰ ਦਾ ਬਣਾਉਣਾ, ਨਾਲੇ ਸਾਧ ਸੰਗਤ ਜੀ
ਬਾਣੀ ਕੰਠ ਹੁੰਦੀ, ਪੰਜ ਬਾਣੀਆਂ ਦਾ ਪਾਠ ਆਟਾ ਗੁੰਨਦੇ ਹਾਂ, ਪ੍ਰਸ਼ਾਦਾ ਤਿਆਰ ਕਰਦੇ ਹਾਂ, ਸਾਧ ਸੰਗਤ ਜੀ ਬਾਣੀ ਪੜ੍ਹਦੇ ਹਾਂ, ਲੰਗਰ ਤਿਆਰ ਕਰਦੇ, ਦਾਲ ਸਬਜ਼ੀ ਬਣਾਉਂਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਮੂਲ ਮੰਤਰ ਦਾ, ਆਸਾ ਜੀ ਦੀ ਵਾਰ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਦਾ ਪਾਠ ਕਰਦੇ, ਆਟਾ ਗੁੰਨਣਾ, ਲੰਗਰ ਤਿਆਰ ਕਰਨਾ, ਫਿਰ ਉਹ ਘਰ ਦੇ ਦੀਆਂ ਨੇ ਜਦੋਂ ਪ੍ਰਸ਼ਾਦਾ ਛਕਣਾ ਅਤੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਆ ਜਾਂਦੀ ਸੀ। ਲੰਗਰ ਛੱਕ ਕੇ, ਪ੍ਰਸ਼ਾਦ ਛੱਕ ਕੇ ਸ਼ਾਂਤੀ ਆਉਣੀ ਚਾਹੀਦੀ ਹੈ। ਇਹ ਆਏਗੀ ਤਾਂ ਹੀ ਜੇ ਸਾਧ ਸੰਗਤ ਜੀ ਦਸਾਂ ਮਾਹਾਂ ਦੀ ਧਰਮ ਦੀ ਕਿਰਤ ਦਾ ਅੰਨ ਹੋਏਗਾ, ਬਾਣੀ ਪੜ੍ਹ ਕੇ ਬਣਾਇਆ ਹੋਏਗਾ, ਔਰ ਛਕਣ ਵਾਲੇ ਨੂੰ ਵੀ ਸ਼ਾਂਤੀ ਆਏਗੀ, ਬਣਾਉਣ ਵਾਲੇ ਨੂੰ ਵੀ ਸੰਤੋਖ ਪ੍ਰਾਪਤ ਹੋਏਗਾ, ਰਸ ਆਏਗਾ, ਅਤੇ ਬੱਚੇ ਕਿਵੇਂ ਸਿੱਖੀ ਤੋਂ ਦੂਰ ਜਾਣਗੇ, ਕਦੇ ਵੀ ਨਹੀਂ ਜਾ ਸਕਦੇ। ਜਿਸ ਘਰ ਵਿੱਚ ਬਾਣੀ ਪੜ੍ਹ ਕੇ ਅੰਨ ਤਿਆਰ ਕੀਤਾ, ਉਹਨਾਂ ਦੇ ਬੱਚੇ, ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ, ਜਿਸ ਘਰ ਵਿੱਚ ਇਹੋ ਜਿਹਾ ਬਾਣੀ ਪੜ੍ਹਿਆ ਹੋਇਆ ਸੱਚਾ ਸੁੱਚਾ ਅੰਨ ਅਤੇ ਲੰਗਰ, ਜਿਸ ਮੁੱਖ ਵਿੱਚ, ਜਿਸ ਗ੍ਰਾਹੀ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਮਿਹਨੇ ਦੇ ਵਿੱਚ ਰੱਜ ਗਿਆ, ਉਸ ਦਾ ਅਸਰ ਸਾਧ ਸੰਗਤ ਜੀ ਹਰ ਸੰਕਲਪ ਵਿੱਚ, ਹਰ ਫੁਰਨੇ ਵਿੱਚ, ਰੋਮ ਰੋਮ ਦੇ ਵਿੱਚ ਉਹਦਾ ਅਸਰ ਪਏਗਾ, ਅਤੇ ਬੱਚੇ ਕਿਉਂ ਨਹੀਂ ਸਿੱਖੀ ਨਾਲ ਜੁੜਨਗੇ। ਅੱਜ ਬੱਚੇ ਸਿੱਖੀ ਤੋਂ ਕਿਉਂ ਦੂਰ ਜਾ ਰਹੇ ਹੈ? ਮਾਈਆਂ ਨੂੰ ਤਾਂ ਸਾਰਾ ਦਿਨ ਟੈਲੀਵਿਜ਼ਨ, ਮੂਹਰੇ ਉੱਠਣ ਦਾ ਟਾਈਮ ਨਹੀਂ, ਨਿੰਦਾ ਚੁਗਲੀ ਤੋਂ ਬਿਨਾਂ ਕੋਈ ਗੱਲ ਦੂਜੀ ਨਹੀਂ, ਫਿਰ ਲੜਦੀਆਂ ਝਗੜੀਆਂ ਨੇ ਲੰਗਰ ਤਿਆਰ ਕਰਨਾ, ਲੜਦੀਆਂ ਝਗੜਦੀਆਂ ਨੇ ਲੰਗਰ ਛਕਾਉਣਾ, ਵੇ ਮਰ ਜਾਣੇ ਆ, ਰੋਟੀਆਂ ਫੂਕ ਲੈ ਦੋ ਆ ਕੇ। ਸੋ ਸਾਧ ਸੰਗਤ ਜੀ ਜਦੋਂ ਇਹੋ ਜਿਹੇ ਬੋਲ ਬੋਲਣੇ ਹੈ ਤਾਂ ਫਿਰ ਬੱਚਿਆਂ ਦੇ ਅੰਦਰ ਸਿੱਖੀ ਕਿੱਥੋਂ ਆਏਗੀ? ਸੋ ਸਾਧ ਸੰਗਤ ਜੀ, ਆਪਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਘਰ ਦੇ ਵਿੱਚ, ਖਾਸ ਕਰਕੇ ਸਾਡੀਆਂ ਮਾਤਾਵਾਂ ਨੂੰ, ਬੀਬੀਆਂ ਨੂੰ ਪ੍ਰੇਮ ਨਾਲ ਭਾਈ ਬਾਣੀ ਪੜ੍ਹਦੇ ਆਂ, ਚੁੱਪ ਬੋਲਣਾ ਨਹੀਂ, ਗੱਲਾਂ ਨਹੀਂ ਕਰਨੀਆਂ, ਔਰ ਸੁੱਚ ਪਵਿੱਤਰਤਾ ਦੇ ਨਾਲ ਲੰਗਰ ਤਿਆਰ ਕਰਨਾ ਚਾਹੀਦਾ। ਇਹ ਨਹੀਂ ਪੈਰਾਂ ਨੂੰ ਹੱਥ ਲਾਈ ਗਈਆਂ, ਉਹੀ ਮੂੰਹ ਨੂੰ ਉਹੀ ਚੱਕ ਕੇ ਆਟਾ ਗੁੰਨਣ ਲੱਗ ਗਈਆਂ। ਸੁੱਚ ਪਵਿੱਤਰਤਾ ਤਾਂ ਹੁਣ ਸਾਡੇ ਘਰਾਂ 'ਚ ਰਹੀ ਨਹੀਂ ਗਈ, ਨਾ ਕੋਈ ਬਰਤਨ ਸਵਾਹ ਨਾਲ ਮਾਂਜਦਾ, ਨਾ ਕੋਈ ਰੇਤੇ ਦੀ ਵਰਤੋਂ ਕਰਦਾ। ਸਾਧ ਸੰਗਤ ਜੀ ਚੁੱਲ੍ਹੇ ਚੌਂਕੇ ਦੇ ਵਿੱਚ ਉੱਦਾਂ ਹੀ ਸਿਰ ਨੰਗਾ ਹੁੰਦਾ, ਉਵੇਂ ਹੀ ਜੋੜੇ ਪਾਏ ਹੁੰਦੇ ਹੈ। ਰਸੋਈ ਨੂੰ ਤਾਂ ਘਰ ਵਿੱਚ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ ਪੁਰਾਣੇ ਸਮਿਆਂ ਵਿੱਚ, ਜਿੱਥੇ ਗੁਰਸਿੱਖ ਨੇ ਬਹਿ ਕੇ ਬਾਣੀ ਪਾਣੀ ਜਾਂ ਉਹ ਥਾਂ ਪਵਿੱਤਰ, ਜਾਂ ਲੰਗਰ ਤਿਆਰ ਕਰਨ ਵਾਲੀ ਅਤੇ ਛਕਣ ਵਾਲੀ। ਅੱਜ ਪਵਿੱਤਰਤਾ ਨਹੀਂ ਸਾਡੇ ਘਰਾਂ ਵਿੱਚ, ਸੁੱਚਵੇਂ ਨਹੀਂ ਰਹਿ ਗਈ, ਖੰਭ ਲਾ ਕੇ ਉੱਡ ਗਈ। ਅਤੇ ਸਾਧ ਸੰਗਤ ਜੀ ਫਿਰ ਆਪਾਂ ਨੂੰ ਕਿੱਥੋਂ ਗੁਰਸਿੱਖੀ ਦੇ ਨਾਲ ਪ੍ਰੇਮ ਪੈਦਾ ਹੋਏਗਾ? ਜਹਾਂ ਤਾਹਾਂ ਕਾ ਖਾਏ ਪ੍ਰਸਾਦ ਮੇਰਾ ਸਿੱਖਣਾ ਆਦੂਗਾ, ਸਭ ਤੋਂ ਵੱਡਾ ਪਾਪ ਕੀ ਮੰਨਿਆ? ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਸੇ ਬ੍ਰਾਹਮਣ ਦਾ, ਬ੍ਰਹਮ ਗਿਆਨੀ ਦਾ ਮਾਰਨਾ, ਗਾਂ ਦਾ ਮਾਰਨਾ, ਲੜਕੀ ਦਾ ਮਾਰਨਾ, ਨਗੋਰੇ ਦੇ ਘਰ ਦਾ ਅੰਨ ਖਾਣਾ, ਜਿਹਨੇ ਮਰਜ਼ਾਦਾ ਪੂਰਵਕ ਗੁਰੂ ਨਹੀਂ ਧਾਰਨ ਕੀਤਾ ਔਰ ਮਰਜ਼ਾਦਾ ਪੂਰਵਕ ਅੰਨ ਨਹੀਂ ਤਿਆਰ ਕੀਤਾ, ਉਹਦੇ ਘਰ ਦਾ ਅੰਨ ਖਾਣਾ, ਇਹ ਸਭ ਤੋਂ ਵੱਡਾ ਪਾਪ। ਭਾਈ ਬੀਬੀਆਂ ਤਾਂ ਜਿਹਨਾਂ ਦਿਨਾਂ ਵਿੱਚ ਸਰੀਰ ਪਵਿੱਤਰ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਚੌਂਕੇ ਵਿੱਚ ਵੀ ਨਹੀਂ ਵੜਦੀਆਂ ਸਨ, ਇੰਨਾ ਖਿਆਲ ਰੱਖਦੀਆਂ ਸਨ। ਇਸ਼ਨਾਨ ਕਰਕੇ ਲੰਗਰ ਤਿਆਰ ਕਰਨਾ, ਸੁੱਚ ਪਵਿੱਤਰਤਾ ਦੇ ਨਾਲ ਬਰਤਨ ਮਾਂਜਣੇ, ਬਾਣੀ ਪੜ੍ਹਦਿਆਂ ਸੁੱਚਮ ਨਾਲ ਪ੍ਰਸ਼ਾਦਾ ਤਿਆਰ ਕਰਨਾ, ਫਿਰ ਅਰਦਾਸ ਕਰਨੀ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮਾਤਾ ਮਾਤਾ ਨਿਹਾਲ ਕੌਰ ਜੀ, ਉਹ ਮਾਂ ਦੀ ਕਿੰਨੀ ਕਮਾਈ ਸੀ ਸਾਧ ਸੰਗਤ ਜੀ, ਮੈਂ ਅੱਖੀ ਦਰਸ਼ਨ ਕੀਤੇ। ਉਸ ਮਾਤਾ ਦੇ ਕੋਟੇ ਘਸ ਕੇ ਆਪਣੀ ਜ਼ਿੰਦਗੀ ਚ ਮਾਲਾ ਫੇਰਦਿਆ ਮੂਲ ਮੰਤਰ ਦੀ, ਅਖੀਰਲੇ ਸਵਾਸ ਤੱਕ ਮਾਤਾ ਨਿਹਾਲ ਕੌਰ ਜੀ ਮੂਲ ਮੰਤਰ ਦੀ ਮਾਲਾ ਫੇਰਨੀ ਨੀ ਉਹਨਾਂ ਨੇ ਛੱਡੀ, ਸਾਰਾ ਦਿਨ ਮਾਲਾ ਫੇਰੀ ਜਾਣੀ। ਮੂਲ ਮੰਤਰ ਜਦੋਂ ਪੂਰਾ ਹੋਣਾ ਫਿਰ ਮਣਕਾ ਛੱਡ ਦੇਣਾ, ਫਿਰ ਮਣਕਾ ਫੜ ਲੈਣਾ, ਛੱਡ ਦੇਣਾ। ਜੇ ਦਾਲ ਬਣਾਉਣੀ ਸਾਧ ਸੰਗਤ ਜੀ, ਤਾਂ ਮਾਤਾ ਨੇ ਬੜੀ ਪਵਿੱਤਰਤਾ ਨਾਲ ਆਪਣਾ ਚਿਹਰਾ ਢੱਕ ਕੇ ਇਸ ਤਰ੍ਹਾਂ ਮੁੱਖ 'ਤੇ ਬਸਤਰ ਲੈ ਕੇ ਧੋ ਕੇ ਦਾਲ ਤੌੜੀ ਵਿੱਚ ਪਾ ਕੇ ਮਿੱਠੀ ਮਿੱਠੀ ਅੱਗ ਬਾਲੀ ਜਾਣੀ, ਇੱਕ ਹੱਥ ਨਾਲ ਅੱਗੇ ਬਾਲਣ ਕਰੀ ਜਾਣਾ, ਦੂਜੇ ਹੱਥ ਨਾਲ ਵਿੱਚ ਸਾਧ ਸੰਗਤ ਜੀ ਥੋੜ੍ਹਾ ਲੂਣ ਅਤੇ ਹਲਦੀ ਪਾ ਕੇ ਨਾਲੇ ਵਿੱਚ ਕੜਛੀ ਫੇਰੀ ਜਾਣੀ, ਨਾਲੇ ਮੂਲ ਮੰਤਰ ਦਾ ਪਾਠ ਕਰ। ਮਾਤਾ ਨਿਹਾਲ ਕੌਰ ਜੀ ਨੇ ਫਿਰ ਜਦੋਂ ਦਾਲ ਸਬਜ਼ੀ ਤਿਆਰ ਹੋ ਗਈ, ਫਿਰ ਸਾਧ ਸੰਗਤ ਜੀ ਪੰਜ ਪ੍ਰਸ਼ਾਦੇ ਬੜੀ ਮਰਜ਼ਾਦਾ ਨਾਲ ਤਿਆਰ ਕਰਕੇ
थाल विच मांड के सजा के पंज प्रशादे दाल सब्जी ठंडी करके जलदा गिलास रख के उत्ते बस्तर दे के सुचा माता ने कृपान मान के गल विच पल्ला पा के अरदास करके पहला गुरु साहब नूं उन्हां प्रशादियां दा भोग लाउणा गुरसिखां दे घरां विच उतार होगा। जे भाई मावां ने बाणी नहीं पढ़नी, सुच पवित्रता नहीं रखनी, गुरुद्वारे नहीं जाना, सत्संगत नहीं करनी, फिर भूत नहीं जमने है ना। अज हालत तो साडे बच्चों के मूँह तो वेख लो, मूँह सिर मुंडे हुए हैं, शकलां वेखण नूं जी नहीं करता, भूतां वर्गियां शकलां। इहदे दोषी असीं हैं कि पंजाब के गभरुआं नूं, पंजाब के सिखां नूं, पंजाब के नौजवानां नूं साबत सूरत डीप डॉल वेख के दुनिया खड़ खड़ के वेखती सी। बाहरले सूबिआं विच लोग क्या करते सन, ये पंजाब के सरदार है, कैसे दर्शनीय है, किन्ने सुंदर इन्हों के चेहरिया के नूर है। अज बच्चों के किसी के कोई विरला ही बच्चा होगा जिहड़ा साबत सूरत नूर वाला चेहरा होगा, नहीं तो शासन की भूतां वर्गियां शकलां। भूत असीं आप बने तां ही साडे घरां विच भूत जम रहे हैं, भूतां वाले कर्म है साडे, ना सुच है, ना नाम है, ना रहत है, ना संस्कार ही चंगे हैं। सो भाई इस गल का ख्याल दियो, ये कथा ये सत्संगत का यही कर्म का लाभ है कि आप जे बई एक माँ किसी चंगे पुत नूं जन्म दे गई ना तो यह समझ लो उन्हें अपनियां फुलां तार दित्तियां, उन्हें कर्जा ला दिता संसार दे विच अपनी जिंदगी दे विच सब तो वड्डा। इस करके कबीर साहब ने कहा जे कुलपूत ने ज्ञान विचारी विधवा कसना भई वह तारी, जे नर राम भगत ने साधी जनमत कसना मूह अपराधी। कहिंदे जिस कुल विच भगत नहीं पैदा होया ओ पापियां दी कुल कुल जिहड़ी सी धरती ते पैदा ही ना हुंदी, ओ मां जन्म देण दे योग ही ना रहिंदी बच्चे नूं। जिहड़ी मां किसी संत भगत सूरमे नूं वाहिगुरु के प्यारे नूं जन्म नहीं दे सकदी। सो साध संगत जी क्यों ना शांति आऊगी संगत में, पकवान तो साध संगत जी हलवाई भी बनाउंदे ऐ ते लोग अज इन्ने अक गए खाधा नहीं जांदा किसी कोलों। ते जदों संत तुहाडे पिंडां विच आउंदे सी ते साध संगत जी माल पूड़े बदाना जलेबियां बनदे सी, तुहानूं पता ही है थालियां भर भर सिंघां नूं महापुरख छका दिंदे सी ते तां वी छकण तों नहीं संगतां हटदियां सन। कई वारी मैं सिंघां तों सुणिआ जे किसी सिंघ नूं बुखार हो जाणा संतां ने जाण के थाली जलेबियां दी भर देनी वी रज के खा लै बुखार रह जांदा। ये तुसीं तुहाडे पिंडां च कुछ वापरिआ मैं तां बेनतियां करदा, मेरीआं अखां दे सामने बाबा ठारा सिंह जी पंगत विच बैठे जथेदार भाई महिंद्र सिंह दे घरे शाम दा लंगर गुलाब जामुना बनाईया, संत बाबा जरनैल सिंह जी दा कमर कसा भी कीता होया, हथ भी लम्मे लम्मे बुक भरन बाबे ठारा सिंह दी थाली विच ढेर ला देन महापुरख। कहिंदे जिन्ना चिर सारियां नहीं खा लैंदा उन्ना चिर उठण नहीं तैनूं देना पंगत विचों, सारियां छकाईयां गुलाब जामुना ते अज खवा के देखो किसे नूं दस गुलाब जामुना खा के देखो। साध संगत जी ये कला पदार्थ की गल नहीं है कि कला पदार्थ चंगा बनया, नहीं पदार्थ दे विच रस बाणी ने मर्यादा ने नाम ने भरिया, उसने तुहानू उहदे विचों आनंद दिता। सुके प्रशादे गुरु नानक साहब ने लैके भाई लालो दे कोधले दे दुध नचोड़िया, क्यों नचोड़िया सी उह दसां माहों दी धर्म की किरत सी, मालक भागो दे माल कूड़े से लहू नचोड़िया पाप की कमाई। इस करके भाई ये जिहड़ा लंगर बनिया दे विच बाणी पढ़ी गई है, ये धर्म की किरत है। जिहड़े छक रहे हैं ना उन्हां नूं आनंदो आनंद हो ही जा रहे हन। ब्राह्मण सोचते सी कि पता नहीं असीं बहुत सुच पवित्रता कर्मकांड रखते हैं, साडे घरां विच ही बहुता सुंदर चंगा भोजन तैयार होंदा, पर वह भी हैरान रह गए कि इहोजा आनंद इहोजा भोजन साडे चौंकियां विच भी नहीं कदे सानू मिलिया। तृप्त वह चाहे खान रहे बिस्माद कर, भोजन लंगर चो छाके ना पकवान रज भी जाते हैं, सारे रजी जाते हैं,
पर खाण वालों मन नहीं हटता, कहते होर खाइए होर खाइए। क्यों भाई, जिन्ना कोई मंगता उन्ना ही दिता जाता है, इनकार नहीं किया जाता। गुरु के लंगर दे विच्चों छकन वालियां रंगन का भोजन दियो है तृप्ताए का, जिवें दूजियां नूं वी गरीबां नूं वी रज के सारियां नूं पूरन वितकरे तो बिना लंगर छकाया वरताया। जाचक जितक देत सबन हकार कर, जिहड़ा भी कोई छकन वाला सी सत सद के प्रेम नाल सारियां नूं लंगर छकाया, वितकरा नहीं कीता, द्वैत नहीं कीती किसी भी तरह दी। खाब तो अगावे बहु आशक अलावे गाना, जेड़ा छकदा है तृप्त हो जाता, तृप्त होके फिर शीशा दंदा है सतगुरानूं। श्री हर गोविंद जी वो जग जुग चार कर, महाराज जी तो शीशा देन वाले है, पर फिर भी ये गुरु की संगत दी असीस है, संगत नूं मान दिता कि शीशा दंदियां संगतां कि महाराज तुहाडे साहबजादे श्री हर गोबिंद जी चार जुगा जिन्नी उन्हां दी उम्र होवे, लंबी उम्र उन्हां दी होवे, चिर जीवी होण। तब गुरु अर्जन मन के उदार महा, धन गुरु अर्जन देव जी जिन्हां दा हिरदा बड़ा विशाल है, दर्शना रजत पल दीन का सुधार कर। महाराज जी ने कला भोजन नहीं छकाया, लोड़वंदा नूं चांदी दे रुपए भुख भर भर के सतगुरु जी ने बंडे, नाल वस्त्र भी दिते, ये दक्षिणा भी दिती है, प्रेम दे नाल सारिआं नूं जिन्हें भी आए सन। जस उचारे सारे कह विस्तारे बहु, सारे बड़ा जस उचार दे जांदे है। कबीर साहब दी निंदा करन वाले ईरखा नूं आने ऐलान करता कि कबीर दी दुनिया बहुत ही महिमा करदी है, जुड़न लग गई इहनूं किसे तरह नीवां विखाईए। चिट्ठियां लिख लिख के पिंडां विच पा दियां, फलाने दिन कबीर दे घरे बड़ा वड्डा जग होऊगा, ते सारे छकण आयो। दिन आ गया, कबीर जी अपनी छन विच बैठे गरीबी नाल ताणी बुन लैंदे आ, वस्त्र अपना बुनी लैंदे आ, ते साध संगत जी कबीर जी नूं किसे ने दस्या, कबीर साहब तुहाडे घर विच तां कल नूं बड़ा वड्डा जग दस्या, तुसीं कोई तैयारी नहीं कीती। कबीर साहब चिंता विच पै गए, घर विच तां अपने खाण नूं मोटा आटे दी नहीं, लोकां नूं कित्थों प्रशादा छका देंगे। ओ माई लोई कहिंदी, कहिंदे पति देव हमको चावल उनको रोटी, कहिंदे जदों साध तेरे घर विच संत आ जांदे उन्हां आटे दीआं रोटियां पका के दे दिंदा, सानूं भुज्जे छोलिआं दी मुट्ठ मूहरे रख दिंदा, कहिंदा इहनूं फक्का मार के पाणी पी लो, सानूं तां ओह वी कई कई दिन नहीं मिलदी। ऐसी गरीबी विच धर्म दी किरत करके वाहिगुरू दा नाम जपिआ। कबीर साहब ने सोचिआ वी हुण ये द्वैष करन वाले लोकां ने ये सारी खेड खेडी है, चुप करके घरों छड के सब कुछ जंगल विच चले गए, चौंकड़ा मार के वाहिगुरू की बंदगी करन लग गए। कहिंदे सच्चे पातशाह तेरी ओ वडियाई है, तेरा ही अपमान है, मेरा तो इहदे विच कुछ नहीं, तेनू भावेगा पत ढकली नहीं भावेगा, ना करी है तेरी मौत है। वाहिगुरु ने कहते शाहूकार का रूप धार के गड्डिया के गड्डे रस्तों के लद लए, साध संगत जी लिखते दिन ते हलवाई ला के इन्ने पकवान इन्ना भंडारा तैयार किया ना साध संगत जी, दुनिया आ गई काशी की, चारे पासियां तो लखां की गिनती च पंगतां लग गईआं, जिथे परमेश्वर आप सर्व कला समर्थ सरपण रूप धार के आया उत्थे कमी की रह सकती। ओ प्राणियां भगत माला विच जिक्र आउंदा, कहिंदे जिथे लड्डू और बेअंत पकवान छकाए गए उत्थे दक्षिणा देण लई, कहिंदे शेर शेर लाचियां बदाम लौंग वस्त्र पंज पंज सोने दियां मोहरां हर इक नूं वड्डियां गईआं। हुण शामा तक लंगर चलदा रहा, लोग तुरे जांदे आ, कबीर साहब कहिंदे वी हुण शामा पै गईआं, चलीए घर नूं, मुड़ गए हुणे लोग, हुण लोग काशी तों बाहर नूं जांदे, कबीर जी विचारे पाटी जी लोई मोढे ते रख के वाहिगुरू का नाम जपदे अपने घर नूं तुरे आउंदे आ। लोग कहिंदे ओ भलिआ किसे नूं पता नहीं, तूं हुण बाहरों तुरिआ उहनां
ਕਬੀਰ ਭਗਤ ਨੇ ਐਡਾ ਵੱਡਾ ਜੱਗ ਕੀਤਾ, ਤੂੰ ਟਾਈਮ ਸਿਰ ਆਉਂਦਾ ਉਹਨੇ ਜੱਗ ਵਿੱਚ ਜਾ ਕੇ ਭੋਜਨ ਛਕਦਾ, ਇਹੋ ਜਿਹਾ ਜੱਗ ਤਾਂ ਕੋਈ ਚੱਕਰਵਰਤੀ ਬਾਦਸ਼ਾਹ ਵੀ ਨਹੀਂ ਇਸ ਧਰਤੀ ਤੇ ਕਰ ਸਕਿਆ ਜਿੱਡਾ ਜੱਗ ਅੱਜ ਕਬੀਰ ਨੇ ਕੀਤਾ। ਰਾਜੇ ਵੀ ਨਹੀਂ ਇੰਨਾ ਦਾਨ ਦੇ ਸਕੇ। ਕਬੀਰ ਸਾਹਿਬ ਨੇ ਉਦੋਂ ਫਿਰ ਇਹ ਬਚਨ ਕਿਹਾ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਛ ਕੀ ਕਰੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਮੈਂ ਕੁਛ ਕਰਨ ਨਹੀਂ ਜੋਗਾ, ਮੇਰਾ ਪਰਮਾਤਮਾ ਵਾਹਿਗੁਰੂ ਉਹਨੂੰ ਕਬੀਰ, ਉਹਨੂੰ ਕਹਿੰਦੇ ਵੱਡਾ, ਉਹਨੂੰ ਕਹਿੰਦੇ ਕਬੀਰ ਦਾ ਅਰਥ ਵੱਡਾ, ਉਸੇ ਨੇ ਕੀਤਾ। ਕਹਿੰਦੇ ਮੇਰਾ ਤਾਂ ਐਵੇਂ ਨਾਮ ਕਬੀਰ ਕਬੀਰ ਕਰਾ ਗਿਆ, ਕਰਨ ਵਾਲਾ ਤਾਂ ਉਹ ਹੈ। ਕਿਉਂ ਭਾਈ? ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੀ ਸਹਾਇਤਾ। ਮਹਾਰਾਜ ਕਿਉਂ ਚਾਂਦੀ ਦੇ ਰੁਪਏ ਅਤੇ ਮੋਹਰਾਂ ਦੀ ਛਕਣ ਵਾਲਿਆਂ ਨੂੰ ਦਕਸ਼ਣਾ ਖੁੱਲੇ ਹੱਥਾਂ ਨਾਲ ਵਰਤਾ ਰਹੇ ਹਨ? ਜਸ ਉਚਾਰ ਸਾਰੇ ਕਹਿ ਵਿਸਤਾਰੇ, ਬੜਾ ਜਸ ਉਚਾਰਨੇ ਸਾਰੀ ਲੁਕਾਈ ਵਿੱਚ ਗੁਰੂ ਕਾ ਜਸ ਫੈਲ ਗਿਆ ਬਹੁਤ। ਧੰਨ ਗੁਰੂ ਕਿਨੋ ਮੱਖ ਔਰ ਕੋ ਉਦਾਰ ਕਰ, ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਮੱਖ ਐਡਾ ਵੱਡਾ ਜੱਗ ਬ੍ਰਹਮ ਭੋਜ ਲੰਗਰ ਲਾਇਆ, ਜਿਨ੍ਹਾਂ ਦਾ ਹਿਰਦਾ ਇੰਨਾ ਉਦਾਰ ਹੈ ਕਿ ਕੋਈ ਸੂਮਤਾਈ ਨਹੀਂ ਕੀਤੀ ਹੈ। ਦਸ਼ਨਾ ਕੋ ਲੈ ਤੇ ਜੋ ਆਸ਼ਕਾ ਕੋ ਦੇ ਬਹੁ, ਜਿਹੜਾ ਦਸ਼ਨਾ ਲੈਂਦਾ ਨਾਲੇ ਭੋਜਨ ਛੱਡਦਾ ਬੜੀਆਂ ਸੀਸਾਂ ਦਿੰਦਾ ਹੈ। ਉਮਰ ਬੁਲੰਦ ਹੋਏ ਸੁੰਦਰ ਸੁਨੰਦ ਕੀ ਸੀਸ ਦਿੰਦਾ, ਮਹਾਰਾਜ ਤੁਹਾਡੇ ਸਾਹਿਬਜ਼ਾਦੇ ਦੀ ਬਹੁਤ ਲੰਮੀ ਉਮਰ ਹੋਵੇ। ਕਰਤੇ ਸਤੁੱਤ ਆਪ ਆਪਣੇ ਸਦਨ ਗਏ, ਸਾਰੇ ਗੁਰੂ ਸਾਹਿਬ ਜੀ ਦਾ ਜਸ ਕਰਦੇ ਹੋਏ ਲੰਗਰ ਛੱਕ ਕੇ ਆਪੋ ਆਪਣੇ ਘਰਾਂ ਨੂੰ ਜੈ ਜੈਕਾਰ ਕਰਦੇ ਜਾਂਦੇ ਹੈ। ਭੋਜਨ ਅਚਾਇਓ ਸੰਗ ਬ੍ਰਿੰਦ ਕੀ, ਔਰ ਪ੍ਰਿਥੀਏ ਨੂੰ ਵੀ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਨੇ ਭੋਜਨ ਛਕਾਇਆ, ਲੰਗਰ ਛਕਾਇਆ। ਜਦੋਂ ਪ੍ਰਿਥੀਏ ਨੇ ਭੋਜਨ ਛਕਿਆ, ਅੰਦਰੋਂ ਤਾਂ ਬੜਾ ਕਪਟ ਹੈ, ਮਨ ਵਿੱਚ ਖਿੱਝ ਗਿਆ, ਦੁਖੀ ਹੈ, ਪਰ ਬਾਹਰੋਂ ਨਾ ਪਤਾ ਲੱਗਦਾ। ਜਿਹੜਾ ਬਹੁਤਾ ਕਪਟੀ ਬੰਦਾ ਹੁੰਦਾ ਉਹ ਆਪਣਾ ਕਪਟ ਬਾਹਰੋਂ ਕਦੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ। ਆਮ ਨਿਰਛੜ ਬੰਦਾ ਜਿਹੜਾ ਸਾਫ ਦਿਲ ਦਾ ਹੋ, ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ, ਉਹਦੇ ਹਾਵ ਭਾਵ ਤੋਂ ਵੀ ਇਹਦੇ ਮਨ ਵਿੱਚ ਕੀ ਖਿਆਲ ਹੈ। ਕਪਟੀ ਬੰਦੇ ਦਾ ਭੇਤ ਨਹੀਂ ਲੱਗਦਾ। ਹੁਣ ਪ੍ਰਿਥੀਏ ਦਾ ਉਹੋ ਜਿਹਾ ਸੁਭਾਅ ਹੈ, ਅੰਦਰੋਂ ਤਾਂ ਬੜਾ ਕਪਟ ਹੈ ਮਨ ਵਿੱਚ, ਪਰ ਉੱਤੋਂ ਬੜਾ ਪ੍ਰਸੰਨਤਾ ਦਿਖਾ ਰਿਹਾ ਹੈ ਕਿ ਬਹੁਤ ਚੰਗਾ ਕੀਤਾ, ਬੜੀਆਂ ਖੁਸ਼ੀਆਂ ਹੋਈਆਂ, ਕਿਉਂ ਕਹਿ ਰਿਹਾ ਹੈ। ਕਰਮੋ ਕੋ ਸਾਦਰ ਆਹਾਰ ਤਿੰਨੋ ਭਾਂਤ ਭਾਂਤ, ਕਰਮੋ ਨੂੰ ਵੀ ਬੜਾ ਤਰ੍ਹਾਂ ਤਰ੍ਹਾਂ ਦਾ ਭੋਜਨ ਬੜੇ ਆਦਰ ਦੇ ਨਾਲ ਸਨਮਾਨ ਨਾਲ ਦਿੱਤਾ। ਉਪਰ ਪ੍ਰਸੰਨ ਰੀਤ ਕਪਟ ਬਿਲੰਦ ਕੀ, ਕਰਮੋ ਕਿਹੜਾ ਘੱਟ ਸੀ, ਉਹ ਪ੍ਰਿਥੀਏ ਨਾਲੋਂ ਚਾਰ ਗੁਣਾ ਵੱਧ ਸੀ, ਉਹ ਉੱਥੋਂ ਵੀ ਵੱਡੀ ਕਪਟਣ ਸੀ। ਸਾਧ ਸਿੰਘ ਜੀ ਉਹਨੇ ਵੀ ਉੱਤੋਂ ਤਾਂ ਬੜੀ ਪ੍ਰਸੰਨਤਾ ਗਿਣਾਈ, ਪਰ ਅੰਦਰੋਂ ਬੜਾ ਕਪਟ ਵੀ, ਬੜੀ ਮਹਿਮਾ ਹੋਊਗੀ ਮੇਰੇ ਸਰੀਕਾਂ ਦੀ, ਦੁਨੀਆਂ ਜੈ ਜੈਕਾਰਾਂ ਕਰਦੀ ਹੈ, ਇਹੋ ਜਿਹਾ ਤਾਂ ਕੁਝ ਇਹਨਾਂ ਦੇ ਘਰ ਦੇ ਵਿੱਚ ਦੇਖਿਆ ਨਹੀਂ ਸੀ, ਜੋ ਕੁਝ ਇਹਨਾਂ ਨੇ ਕਰ ਦਿੱਤਾ ਹੈ, ਇਉਂ ਸੋਚਦੀ ਹੈ ਮਨ ਵਿੱਚ। ਮਹਾਦੇਵ ਮਹਾਬੋਧ ਸ਼੍ਰੀ ਹਰਗੋਬਿੰਦ ਗੋਦ, ਔਰ ਦਿਖਾਵੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਨਾ ਬੜੀ ਪ੍ਰਸੰਨਤਾ ਜੀ ਦਿਖਾਉਂਦੀ ਹੈ, ਖੁਸ਼ ਹੋ ਕੇ। ਅਜਕਾ ਅਸਨ ਕੋ ਮਰਜਾਦ ਜੋ ਬੁਲੰਦ ਕੀ, ਉਹ ਮਰਜਾਦਾ ਦੇ ਅਨੁਸਾਰ ਜਿਵੇਂ ਵੱਡਿਆਂ ਦੀ ਰਸਮ ਸੀ, ਸਾਰਿਆਂ ਨੇ ਭੋਜਨ ਛਕਿਆ। ਦੋਹਰਾ ਮਹਾਦੇਵ ਗੁਰਦੇਵ ਸੁਤ, ਉਹ ਮਹਾਦੇਵ ਧੰਨ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾਤਾ ਜੀ, ਇਹਨਾਂ ਦੇ ਮਨ ਵਿੱਚ ਕੋਈ ਹੰਕਾਰ ਨਹੀਂ ਹੈ, ਈਰਖਾ ਨਹੀਂ ਹੈ, ਸਾਧੂ ਸੁਭਾਅ ਹੈ। ਗੁਰਤਾ ਗੁਰ ਨਿਜਨ ਅਨੁਚਕੀ, ਆਪਣੇ ਛੋਟੇ ਸਾਹਿਬ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਦੇ ਯੋਗ ਸਮਝਿਆ ਕਿ ਇਹੀ ਵਾਕਿਆ ਹੀ, ਮਨ ਵਿੱਚ ਇਹ ਭਾਵਨਾ ਲਿਆਂਦੀ ਕਿ ਛੋਟੇ ਭਰਾਤਾ ਹੀ ਗੁਰਤਾ ਗੱਦੀ ਦੇ ਯੋਗ ਸਨ। ਪ੍ਰਸੰਨ ਮਨ ਮਾਹੇ, ਇਹ ਦੇਖ ਕੇ ਬੜੇ ਮਨ ਵਿੱਚ ਪ੍ਰਸੰਨ ਹੋਏ ਕਿ ਛੋਟੇ ਭਰਾਤਾ ਦੇ ਘਰ ਵਿੱਚ ਸਾਹਿਬਜ਼ਾਦਾ ਆਇਆ, ਬੜਾ ਸੁੰਦਰ ਲੰਗਰ ਭੋਜਨ ਸੰਗਤਾਂ ਨੂੰ ਛਕਾਇਆ, ਦਿਲੋਂ ਪ੍ਰਸੰਨ ਹੋਏ। ਪ੍ਰਿਥੀਏ ਤੇ ਕਰਮੋਂ ਦੀ ਤਰ੍ਹਾਂ ਅੰਦਰੋਂ ਨਹੀਂ, ਉਹਨਾਂ ਨੇ ਤਾਂ ਬਾਹਰੋਂ ਪ੍ਰਸੰਨਤਾ ਦਿਖਾਈ ਹੈ, ਪਰ ਮਹਾਦੇਵ ਜੀ ਅੰਦਰੋਂ ਪ੍ਰਸੰਨ ਹੋਏ ਆ। ਨੰਦਨ ਅਪਨ ਮਨਿੰਦ ਲਖ, ਆਪਣੇ ਪੁੱਤਰ ਦੀ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੂੰ ਜਾਣ ਕੇ, ਹਰਗੋਬਿੰਦ ਸੁਖ ਕੰਦ, ਕਿ ਸੁਖ ਦੇਣ ਵਾਲੇ ਸੁਖਾਂ ਦੇ ਘਰ ਹਨ ਸ੍ਰੀ ਹਰਗੋਬਿੰਦ ਜੀ। ਤਰਨ
ਆਨੰਦ ਬਿਲੰਦ ਕੋ ਇਸ ਧਰਤੀ ਦੇ ਉੱਤੇ ਅੱਜ ਬਹੁਤ ਆਨੰਦ ਹੀ ਆਨੰਦ ਪੈਦਾ ਹੋ ਗਿਆ ਹੈ। ਚਕੋਰ ਜਿਮ ਚੰਦ ਛੇਵੇਂ ਪਾਤਸ਼ਾਹ ਜੀ ਦਾ ਸੁੰਦਰ ਰੂਪ ਦੇਖ ਕੇ ਬਹੁਤਾ ਆਨੰਦ ਮਨ ਵਿੱਚ ਮੰਨ ਰਹੇ ਹੈ। ਜਿਵੇਂ ਚਕੋਰ ਚੰਦਰਮਾ ਨੂੰ ਵੇਖਦੀ ਰਹਿੰਦੀ ਹੈ ਉਹ ਛੇਵੇਂ ਪਾਤਸ਼ਾਹ ਜੀ ਦੇ ਮੁੱਖ ਨੂੰ ਵਾਰ ਵਾਰ ਨਿਹਾਰਦੇ ਹੈ। ਸੋਰਠਾ ਹਿਰਦਾ ਮੁਕਤ ਅਤ ਹੋਏ ਹਿਰਦਾ ਬਹੁਤਾ ਹੀ ਪ੍ਰਸੰਨ ਹੋਇਆ। ਅਦਕ ਮੁਕਤ ਕਰ ਅਨਜ ਕੋ ਛੋਟੇ ਭਰਾਤਾ ਨੂੰ ਸੇਵਾ ਵਿੱਚ ਸੰਗਤਾਂ ਨੂੰ ਜਸ ਕਰਦਿਆਂ ਸੇਵਾ ਵਿੱਚ ਲੱਗਿਆਂ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵੇਖ ਕੇ ਨਾ ਕਿ ਗੁਰੂ ਅਰਜਨ ਦੇਵ ਜੀ ਦਾ ਦੁਨੀਆਂ ਜਸ ਕਰ ਰਹੀ ਹੈ, ਛੋਟੇ ਭਰਾ ਦੀ ਮਹਿਮਾ ਹੋ ਰਹੀ ਹੈ ਸੰਸਾਰ ਵਿੱਚ, ਮਹਾਦੇਵ ਜੀ ਬਹੁਤ ਹੀ ਪ੍ਰਸੰਨ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਇਹ ਵਚਨ ਹੈ। ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਇੱਕ ਦਿਨ ਬਾਹਰ ਜੰਗਲ ਨੂੰ ਇਕਾਂਤ ਵੱਲ ਨੂੰ ਤੁਰੇ ਜਾ ਰਹੇ ਹੈ। ਅੱਗੇ ਸਾਧ ਸੰਗਤ ਜੀ ਧਾਨਾਂ ਦੀ ਖੇਤੀ ਦਾ ਜ਼ਿਕਰ ਆਇਆ ਇਤਿਹਾਸ ਵਿੱਚ, ਆਪਾਂ ਇਉਂ ਕਹਿ ਲਓ ਵੀ ਝੋਨੇ ਦੀ ਖੇਤੀ। ਤਾਂ ਦੋ ਭਰਾਵਾਂ ਨੇ ਝੋਨਾ ਝਾੜ ਕੇ, ਉਦੋਂ ਹੱਥਾਂ ਨਾਲ ਝਾੜਦੇ ਸਨ, ਬੋਹੜ ਲਾਇਆ, ਬੋਹੜ ਲਾ ਕੇ ਆਪੋ ਆਪਣੇ ਹਿੱਸੇ ਦੇ ਵੰਡ ਲਏ ਖੇਤ ਵਿੱਚ। ਜਦੋਂ ਸਤਿਗੁਰੂ ਜੀ ਗਏ ਨਾ, ਜਿਹੜਾ ਛੋਟਾ ਭਰਾ ਸੀ ਆਪਣੇ ਬੋਹੜ ਦੇ ਹਿੱਸੇ ਵਿੱਚੋਂ ਵੱਡੇ ਭਰਾ ਦੇ ਹਿੱਸੇ ਵਿੱਚ ਵੱਧ, ਉਹਨੇ ਸਾਧ ਸੰਗਤ ਜੀ ਬਰਤਨ ਭਰ ਭਰ ਕੇ, ਘੜਾ ਸ਼ਬਦ ਆਇਆ, ਘੜੇ ਭਰ ਕੇ ਪੰਜ ਚਾਰ ਆਪਣੇ ਵੱਲੋਂ ਉਹ ਦੂਸਰੇ ਭਰਾ ਦੇ ਬੋਹੜ ਵਿੱਚ ਅਨਾਜ ਪਾ ਦਿੱਤਾ ਅਤੇ ਨਾਲ ਹੀ ਜੋ ਘਾਹ ਸੀ ਉਹ ਵੀ ਉਹਦੇ ਬੋਹੜ ਉਹਦੇ ਢੇਰ ਵਿੱਚ ਲਿਜਾ ਕੇ ਪੰਡਾਂ ਦੋ ਤਿੰਨ ਪਾ ਦਿੱਤੀਆਂ। ਗੁਰੂ ਸਾਹਿਬ ਪੁੱਛਦੇ ਵੀ ਸਿੱਖਾ ਤੂੰ ਕੀ ਕਰਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਵੱਡਾ ਭਰਾ ਕਬੀਲਦਾਰੀ ਜ਼ਿਆਦਾ, ਪਿੰਡ ਦਾ ਚੌਧਰੀ ਹੈ, ਆਇਆ ਗਿਆ ਬਹੁਤ ਰਹਿੰਦਾ, ਘਰ ਦੇ ਵਿੱਚ ਲੰਗਰ ਜਲ ਪਾਣੀ ਛਕਣ ਵਾਲੇ ਬਹੁਤ ਆਉਂਦੇ ਆ, ਮੇਰਾ ਥੋੜ੍ਹੇ ਨਾਲ ਵੀ ਸਰ ਸਕਦਾ, ਇਸ ਲਈ ਮੈਂ ਮੇਰੇ ਭਰਾ ਨੂੰ ਪਤਾ ਨਾ ਲੱਗ ਜਾਏ, ਵੰਡਿਆ ਤਾਂ ਹਿੱਸਾ ਬਰਾਬਰ ਸੀ, ਮੈਂ ਆਪਣੇ ਵੱਲੋਂ ਵੱਧ ਉਹਦੇ ਤਾਂ ਪਾ ਰਿਹਾ ਕਿ ਉਹਨੂੰ ਲੋੜ ਜਾਵੇ। ਸਤਿਗੁਰੂ ਜੀ ਚੁੱਪ ਕਰਕੇ ਚਲੇ ਗਏ। ਨਾਲ ਮਹਾਰਾਜ ਨੇ ਬਚਨ ਕਹੇ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ। ਜਦੋਂ ਫਿਰ ਸ਼ਾਮ ਨੂੰ ਵਾਪਸ ਮੁੜੇ ਮਹਾਰਾਜ, ਤਾਂ ਵੱਡਾ ਭਰਾ ਆਇਆ ਬੋਹੜ ਦੀ ਰਾਖੀ ਲਈ। ਵੱਡਾ ਭਰਾ ਕੀ ਕਰਦਾ? ਧਾਨਾਂ ਦਾ ਉਹ ਘੜਾ ਭਰਦਾ ਅਤੇ ਭਰ ਕੇ ਆਪਣੇ ਛੋਟੇ ਭਰਾ ਦੇ ਬੋਹੜ ਵਿੱਚ ਪਾਈ ਜਾਂਦਾ। ਕੱਖਾਂ ਦਾ ਵੀ ਇਸੇ ਤਰ੍ਹਾਂ ਪੰਡਾਂ ਭਰ ਕੇ ਪਾ ਦਿੱਤੀਆਂ ਢੇਰ ਵਿੱਚ। ਮਹਾਰਾਜ ਪੁੱਛਦੇ, ਤੂੰ ਕੀ ਕਰਦਾ ਚੌਧਰੀਆਂ? ਕਹਿਣ ਲੱਗਾ, ਮਹਾਰਾਜ ਛੋਟਾ ਭਰਾ ਅਤੇ ਛੋਟਾ ਹੋਣ ਦੇ ਨਾਤੇ ਉਹਨੂੰ ਲੋੜ ਜਾਂਦੀ ਹੈ, ਮੇਰਾ ਥੋੜ੍ਹੇ ਨਾਲ ਵੀ ਸਰ ਸਕਦਾ, ਇਸ ਲਈ ਮੈਂ ਤਾਂ ਪਾ ਰਿਹਾ ਕਿ ਉਹਨੂੰ ਪਤਾ ਨਾ ਲੱਗੇ ਉਹਦੇ ਅਨਾਜ ਵਿੱਚ ਉਹਦੇ ਕੱਖਾਂ ਵਿੱਚ ਬਹੁਤਾ ਵਾਧਾ ਹੋ ਗਿਆ। ਮਹਾਰਾਜ ਨੇ ਉਦੋਂ ਕਿਹਾ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ। ਇਹੋ ਜਿਹੇ ਸਿੱਖ ਗੁਰੂ ਨਾਨਕ ਦੇਵ ਜੀ ਨੇ ਸਿਰਜੇ ਸੀ ਸੰਸਾਰ ਵਿੱਚ ਸਾਡੇ। ਸਾਧ ਸਿੰਘ ਜੀ, ਅੱਜ ਤਾਂ ਇਹੋ ਜਿਹਾ ਸਮਾਂ ਆ ਗਿਆ, ਭਰਾ ਨੂੰ ਦੇਖ ਕੇ ਭਰਾ ਸਿਖਾਉਂਦਾ ਨਹੀਂ, ਇਹੋ ਜਿਹੇ ਸਮੇਂ ਆ ਗਏ। ਪਰਮੇਸ਼ੁਰ ਕਿਰਪਾ ਕਰੇ, ਉਹੋ ਜਿਹਾ ਕਿਤੇ ਸਤ ਸੰਤੋਖ ਦਇਆ ਧਰਮ ਸਾਡੇ ਸਾਰਿਆਂ 'ਚ ਆ ਜਾਏ ਨਾ, ਤਾਂ ਕਲਯੁੱਗ ਦੇ ਵਿੱਚ ਸਤਯੁਗ ਵਰਤ ਸਕਦਾ ਹੈ। ਇਸ ਲਈ ਛੋਟੇ ਭਰਾ ਮਹਾਦੇਵ ਜੀ ਕਿੰਨੇ ਪ੍ਰਸੰਨ ਹੈ। ਕਿਸੇ ਦਾ ਜਸ ਸਹਾਰਨਾ ਸਭ ਤੋਂ ਔਖਾ, ਕਿਸੇ ਦੀ ਸਿਫਤ ਹੋਣ ਦੀ ਸਹਾਰਨੀ ਬਹੁਤ ਕਠਿਨ ਹੈ। ਸਾਧ ਸੰਗਤ ਜੀ, ਮਨ ਈਰਖਾ ਨਾਲ ਬੰਦੇ ਦਾ ਸੜ ਜਾਂਦਾ ਕਿਸੇ ਦੀ ਵਡਿਆਈ ਵੇਖ ਕੇ, ਪਰ ਜਿਹੜਾ ਕਿਸੇ ਦੀ ਵਡਿਆਈ ਹੁੰਦੀ ਨੂੰ ਵੇਖ ਲਵੇ ਨਾ ਅਤੇ ਮਨੋਂ ਪ੍ਰਸੰਨ ਹੋ ਜਾਵੇ, ਉਹ ਸੰਸਾਰ ਭੋਜਨ ਤੋਂ ਤਰ ਜਾਂਦਾ, ਐਡੀ ਉਹਦੇ 'ਤੇ ਕਿਰਪਾ ਹੋ ਜਾਂਦੀ ਗੁਰੂ ਸਾਹਿਬ ਦੀ, ਪਰਮੇਸ਼ਰ ਦੀ। ਮਹਾਰਾਜ ਬਹੁਤੇ ਪ੍ਰਸੰਨ, ਗੁਰੂ ਅਰਜਨ ਦੇਵ ਜੀ ਦਾ ਜਸ ਹੁੰਦਾ ਵੇਖ ਕੇ ਮਹਾਦੇਵ ਜੀ ਅਤਿ ਪ੍ਰਸੰਨ ਹੋਏ। ਜਸ ਬਿਸ ਤੀਰਤ ਸੋਏ, ਕੀ ਹੈ ਕਿ ਮੇਰੇ ਭਰਾਤਾ ਗੁਰਤਾ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਦਾ ਬਹੁਤਾ ਜਸ ਫੈਲਿਆ ਹੈ। ਸਦਨ ਗਏ ਨਰ ਸੰਗ ਕੁਸ਼, ਔਰ ਆਪਣੇ ਨਾਲ ਜਿਹੜੇ ਮਾਈਆਂ ਭਾਈਆਂ ਨੂੰ ਲੈ ਕੇ ਆਏ ਸਨ, ਇਉਂ ਸਤਿਗੁਰੂ ਜੀ ਦਾ ਜਸ ਕਰਦਿਆਂ ਮਹਾਦੇਵ ਜੀ ਵੀ
सतगुरु जी की वड्याई होंदी नूं वेख के बड़े प्रसन्नता दे नाल विदा लैके सतगुरां तों गए हन। सुन सुन आवत ताए, जिहड़ा सुनदा है कि ब्रह्म भोज जग हो रहा, लंगर आउंदा है छेती। सगरे नरपुर नगर के, सारे नगर दे माई भाई भी आउंदे है छकण वास्ते बारो बारी। पांचत भोजन खाए, जो चाहुंदा कोई इच्छा करदा उह जे भोजन वर्तावे छकण वालिआं नूं दिंदे है। सदन मन पाउंदा लंगर छक के भोजन पकवान मठियाइयां, सतगुरु जी दे दर तों तृप्त हो के आपो अपने घरां नूं जांदे है। और बड़े सुंदर बाजे नगारे नफीरियां, इसे ही तरह साध संगी नौबतां बज रहियां हन। अमृत वेला होत ही, अमृत वेले तक सारा दिन सारी रात अठे पैर बड़ा वड्डा भंडारा वरतिया। संध्या तक सुख नाल, अमृत वेले तो लै के शाम तक साध संग जी सारा लंगर चलदा रहा। लग धुंद बसुन पीर गाना, बिना चिर भंडारा लंगर वरता रहा। छोटे नगारे नौबतां इसे तरह नफीरियां तूतियां भी नाल वजदियां रहियां, जिन्हां ने बड़ा ही सुंदर सुहावना मनमोहना वातावरण बनाया हुआ है। मचा कुलाहल जाल, बहुत ज्यादा संगतां दे विच उत्साह है, बड़ी भीड़ लगी हुई है, ते संगतां दा रौला गौला भी बड़ा है, बड़िया खुशियां हन। ऐलत जस सतगुर महत, सतगुरु जी दा बहुत वड्डा जस फैलिया होया है धरती ते। दिनो दिन विशाल, लैण वाले लै रहे हैं, देण वाले सेवादार दे रहे हन, यूं बहुत वड्डी सेवा हो रही है। बहुत गुरु दरबार में है, गुरु घर दे विच ऐसी सेवा जिहदा प्रति संगतां दी चल रही है। ऐसा लंगर ऐसा ब्रह्म भोज सतगुरां ने वाहिगुरु दे शुकराने विच सतगुरु छेवें पातशाह जी दे 3 साल दे होण तों यह ब्रह्म भोज लंगर खुला भंडारा वरताया। सो साध संगत जी, आपां भी जदों घर विच कोई खुशियां दा वक्त आवे सतगुरु जी अगे अरदास करके महाराज दा शुकराना करिए। कोई दुख आवे फिर महाराज दे चरणां च जाइए, और नहीं कितें भटकना ना भुल के जाना है। इतनी सेवा प्रवान करनी साध संगत जी, आप संगतां ने 2 दिन सतगुरु जी दी हजूरी अंदर जुड़ के सतसंगत दा आनंद माणिया है, ता सारे नगर दी इलाके दी संगत दा रोम रोम करके बहुत बहुत धन्यवाद करता है। 6 जून नूं इस नगर दी समुची संगत ने महापुरखां दे शहीदी समागम विच मिलते हुम हुमा के पाई, तुसी सारिआं ने दर्शन देण दी कृपालता करनी। जिन्हां ने अजे तक खंडे बाटे दा अमृत नहीं छकिया, वह मन बनाओ खंडे बाटे दा अमृत छको। जिहड़े नशिआं दा सेवन करदे, नशिआं दा त्याग करो। जिन्हां ने केस कटाए, साफ सूरत केस रखो। पूरे गुरु धन श्री गुरु ग्रंथ साहिब जी दे लड़ लग के अपना जीवन सफल करो। गुरसंगत जी, आप संगतां दा जिते बहुत बहुत धन्यवाद है, उत्थे महापुरख संत बाबा लखा सिंह जी जिहड़े ये प्रोग्राम सारे अगे हो के जिन्हां ने वीके है, उन्हां दा भी संत बाबा दर्शन सिंह जी घोड़ेवाल, जथेदार बाबा कृपा सिंह जी, बाबा सुलखण सिंह जी मरादपुरा, संत बाबा सतनाम सिंह जी जफरवाल वाले, भाई साहब भाई हरजिंदर सिंह जी डल्ले नगर तों गुरु के वजीर, इसे तरह इस नगर तों वड्डे महापुरखां तों वरोसाए सत्कारयोग जथेदार बाबा बेअंत सिंह जी, और इसे नगर तों नौजवान भाई साहब भाई हरजिंदर सिंह जी, जिन्हां ने इन्हां समागमां दे बड़ी वध चढ़ के सेवा की है, उन्हां दा ते उन्हां दे समुचे परिवार दा सारे भरावां दा भी मैं विशेष रूप विच बहुत बहुत धन्यवाद करदा। और 6 जून नूं जो बसां दे विच संगत जाणी है, उहदा सारा इंतजाम भाई हरजिंदर सिंह जी और बाबा लखा सिंह जी द्वारा, सारा ज्ञानी अमनदीप सिंह जी द्वारा किया जाएगा, और संगतां ने भाई हुम हुमा के दर्शन देने हैं। सत्कार जो ज्ञानी अमनदीप सिंह जी अरदास श्री मुखवाद तो उपरंत सतगुरु जी का सुखासन होंदिया देख वरतदिया अगलिया समागमों दियाँ अते अमृत संचार दियाँ बेनतियां करनगे, किथे किथे अमृत का बाटा तैयार होना, वह बेनतियां तुसी सारिआं ने सरवण करनियां।
ਜਦੋਂ ਗੁਰੂ ਮਹਾਰਾਜ ਜੀ ਸੁਖਾਸਨ ਸਥਾਨ ਤੇ ਬਿਰਾਜਮਾਨ ਹੋ ਗਏ, ਫਿਰ ਸੰਗਤਾਂ ਨੇ ਲੰਗਰ ਜਲ ਪਾਣੀ ਛੱਕ ਕੇ ਜਾਣਾ ਹੈ। ਇਸੇ ਤਰ੍ਹਾਂ ਜਥੇਦਾਰ ਭਾਈ ਭੁਪਿੰਦਰ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਜੋ ਵੱਡੇ ਮਹਾਂਪੁਰਖਾਂ ਤੋਂ ਗੁਰੂ ਘਰ ਨਾਲ ਜਥੇਬੰਦੀ ਨਾਲ ਸਾਰੇ ਪਰਿਵਾਰ ਜੁੜੇ ਹੈ, ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਫੈਲਤ ਜਸ ਸਤਿਗੁਰ ਮਹਿਤ ਦੇਣ ਵਿਸਾਲ ਹੋਤ ਗੁਰੂ ਦਰਬਾਰ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।